ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅਦਾਬ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਡੀਸੀ ਮਸ਼ੀਨ ਦੇ ਐਮਸੀਕਿਊ ਕਰਨੇ ਸਟਾਰਟ ਕੀਤੇ ਹੋਏ ਨੇਗੇ ਪਿਛਲੀ ਵੀਡੀਓ ਦੇ ਵਿੱਚ ਅਸੀਂ 64 ਤੋਂ ਪਹਿਲਾਂ ਜਿੰਨੇ ਵੀ ਕੁਐਸਚਨ ਸੀਗੇ ਉਹ ਅਸੀਂ ਕੰਪਲੀਟ ਕਰ ਚੁੱਕੇ ਹਾਂਗੇ ਇਸ ਤੋਂ ਬਾਅਦ ਜਿਹੜੇ ਕੁਐਸਚਨ ਰਹਿੰਦੇ ਸੀ ਅੱਜ ਇਸ ਵੀਡੀਓ ਦਾ ਅਸੀਂ ਇਹ ਦੂਜਾ ਪਾਰਟ ਹੈਗਾ ਡੀਸੀ ਮਸ਼ੀਨ ਦੇ ਨੰਮਰਿਕਲਸ ਦਾ ਉਹ ਅੱਜ ਅਸੀਂ ਕਰਨ ਲੱਗੇ ਹਾਂਗੇ ਸਭ ਤੋਂ ਪਹਿਲਾਂ ਜਿਹੜਾ ਨੰਮਰਿਕਲ ਤੁਹਾਨੂੰ ਦਿਖ ਰਿਹਾ ਹੋਵੇਗਾ ਇਸ ਨੰਮਰਿਕਲ ਦੇ ਵਿੱਚ ਉਹ ਕੀ ਪੁੱਛ ਰਿਹਾ ਦੇਖੋ ਇਸ ਨੰਮਰਿਕਲ ਦੇ ਵਿੱਚ ਉਹ ਕਹਿੰਦਾ ਇੱਕ ਡੀਸੀ ਮੋਟਰ ਦੁਆਰਾ ਘਿਰਨੀ ਤੇ ਲਗਾਇਆ ਗਿਆ ਆਕੂਰਨ ਆ ਜਿਹੜਾ 1150 ਮਤਲਬ ਜਿਹੜੀ ਟਾਰਕ ਉਹਨੇ ਦਿੱਤੀ ਹੈਗੀ ਸਾਨੂੰ ਟਾਰਕ ਦੀ ਜਿਹੜੀ ਵੈਲਿਊ ਹੈਗੀ ਉਹ ਹੈਗੀ 1150 ਜੇ ਆਕੂਰਨ ਨਹੀਂ ਪਤਾ ਲੱਗਦਾ ਹੈਗਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋਗੇ ਵੀ ਇਹਦੇ ਯੂਨਿਟ ਜਿਹੜੇ ਦਿੱਤੇ ਹੋਏ ਨੇ ਉਹ ਦਿੱਤੇ ਹੋਏ ਨੇ ਨਿਊਟਨ ਮੀਟਰ ਤਾਂ ਨਿਊਟਨ ਮੀਟਰ ਜਿਹੜੇ ਯੂਨਿਟ ਹੁੰਦੇ ਆ ਹਮੇਸ਼ਾ ਕੀ ਦੇ ਹੁੰਦੇ ਨੇ ਟਾਰਕ ਦੇ ਹੁੰਦੇ ਨੇ ਜੇ ਕਿਸੇ ਨੂੰ ਪੰਜਾਬੀ ਪੜ੍ਹਨ ਦੇ ਵਿੱਚ ਦਿੱਕਤ ਵੀ ਹੋਈ ਨਾ ਤਾਂ ਇਕੱਲੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਦੂਜਾ ਨੇ ਦਿੱਤੇ ਹੋਏ ਹੈਗੇ ਚੱਕਰ ਦਿੱਤੇ ਆ ਵੀ میری ਮੋਟਰ ਆ ਕਿੰਨੇ ਦੇ ਘੁੰਮ ਰਹੀ ਹੈਗੀ ਪੁੱਛਿਆ ਗਿਆ ਇੱਥੇ ਆਪਾਂ ਨੂੰ ਹਾਰਸ ਪਾਵਰ ਤਾਂ ਯਾਦ ਰੱਖਣਾ ਜਦੋਂ ਕਦੇ ਵੀ ਤੁਹਾਨੂੰ ਨਿਊਟਨ ਮੀਟਰ ਦੇ ਦਿੱਤਾ ਜਾਵੇ ਤੇ ਸਪੀਡ ਦੇ ਦਿੱਤੀ ਜਾਵੇ ਉਦੋਂ ਸਾਨੂੰ ਹਾਰਸ ਪਾਵਰ ਮਤਲਬ ਹੁਣ ਕੀ ਪੁੱਛ ਰਿਹਾ ਸਾਨੂੰ ਉਹ ਪਾਵਰ ਪੁੱਛ ਰਿਹਾ ਹੈਗਾ ਦੇਖੋ ਪਾਵਰ ਤੇ ਹਾਰਸ ਪਾਵਰ ਪਾਵਰ ਦੇ ਜਿਹੜੇ ਯੂਨਿਟ ਹੁੰਦੇ ਹੈਗੇ ਪਾਵਰ ਦੇ ਯੂਨਿਟ ਹੁੰਦੇ ਹੈਗੇ ਐਚ ਪੀ ਜਾਂ ਫਿਰ ਕਿਲੋਵਾਟ ਜਾਂ ਵਾਟ ਇਹ ਹੁੰਦੇ ਆ ਪਾਵਰ ਦੇ ਯੂਨਿਟ ਇਲੈਕਟ੍ਰੀਕਲ ਪਾਵਰ ਦੇ ਤੇ ਮਕੈਨੀਕਲ ਘੂਰਨ ਜਿਹੜਾ ਹੁੰਦਾ ਟਾਰਕ ਟਾਰਕ ਦੇ ਜਿਹੜੇ ਯੂਨਿਟ ਹੁੰਦੇ ਹੈਗੇ ਉਹ ਹੁੰਦੇ ਹੈਗੇ ਵਿੱਚ ਨਿਊਟਨ ਮੀਟਰ ਤਾਂ ਇਹ ਸਿੱਧੀ ਜੀ ਗੱਲ ਆ ਵੀ ਨਿਊਟਨ ਮੀਟਰ ਨੂੰ ਉਹ ਕਨਵਰਟ ਕਰਨ ਨੂੰ ਕਹਿ ਰਿਹਾ ਸਾਨੂੰ ਕਿਲੋਵਾਟ ਦੇ ਵਿੱਚ ਅਸੀਂ ਦੇਖ ਰਿਆਂਗੇ ਉਹ ਕਨਵਰਟ ਹੋਊਗਾ ਕਿਵੇਂ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹਨੂੰ ਇਹਨੂੰ ਉਤਾਰ ਲਿਓ ਬੱਚੇ ਵੀਡੀਓ ਨੂੰ ਪਾਜ਼ ਕਰਕੇ ਤਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾਗਾ ਅਸੀਂ ਉਹ ਇਹ ਕਰਨਾਗਾ ਕਿ ਇੱਕ ਫਾਰਮੂਲਾ ਲੱਭਣਾ ਕੋਈ ਫਾਰਮੂਲਾ ਲੱਭਣਾ ਜਿਹਦੇ ਵਿੱਚ ਟਾਰਕ ਦਾ ਤੇ ਪਾਵਰ ਦਾ ਆਪਸ ਵਿੱਚ ਕੋਈ ਨਾ ਕੋਈ ਰਿਲੇਸ਼ਨ ਹੋਵੇ ਇਹ ਫਾਰਮੂਲਾ ਹੈਗਾ ਵਿੱਚ ਵੀ ਪਾਵਰ ਜਿਹੜੀ ਹੁੰਦੀ ਹੈਗੀ that is equal to tau p omega ਤਾਂ ਪਾਵਰ ਤੇ ਟਾਰਕ ਦਾ ਰਿਲੇਸ਼ਨ ਕੱਢਣ ਵਾਸਤੇ ਇੱਕ ਫਾਰਮੂਲਾ ਹੁੰਦਾ ਹੈਗਾ ਉਸ ਫਾਰਮੂਲਾ ਜਿਹੜਾ ਹੈਗਾ ਉਹ ਹੈਗਾ ਪਾਵਰ ਇਸ ਇਕੁਅਲ ਟੂ ਟਾਰਕ ਮਲਟੀਪਲਾਈ ਬਾਈ omega ਇਹ ਜਿਹੜਾ omega ਹੈਗਾ ਇਹਦੀ ਵੈਲਿਊ ਫਿਕਸ ਹੁੰਦੀ ਹੈਗੀ ਇਹ ਸਾਡੇ ਸਪੀਡ ਤੋਂ ਨਿਕਲਦਾ ਹੁੰਦਾ ਇਹ ਜਿਹੜੀ ਵੈਲਿਊ ਹੈਗੀ omega ਇਸ ਇਕੁਅਲ ਟੂ ਹੁੰਦਾ ਹੈਗਾ 2 ਪਾਈ n 60 ਇਹ ω ਦੀ ਵੈਲਿਊ ਹੁੰਦੀ ਹੈਗੀ ਤੁਹਾਨੂੰ ਯਾਦ ਹੋ ਏਸੀ ਸਰਕਟ ਦੇ ਵਿੱਚ ω ਦੀ ਵੈਲਿਊ ਕਿੰਨੀ ਭਰੀ ਸੀ ਅਸੀਂ 2πf ਇਹਦੇ ਵਿੱਚ f ਦੀ ਥਾਂ ਤੇ ਕੀ ਭਰਿਆ ਆਪਾਂ n/60 ਠੀਕ ਹੈ ਇਹ ਯਾਦ ਰੱਖਣਾਗਾ ਵੀ ਜਦੋਂ ਤਾਂ ਏਸੀ ਸਰਕਟ ਪੜ੍ਹਨਾ ਉਦੋਂ ω ਦੀ ਵੈਲਿਊ ਜੇ ਦੀ ਆ ਕਿ ਆਪਣੀ 2πf ਭਰਨੀ ਆਗੀ ਜਦੋਂ ਆਪਾਂ ਸਪੀਡ ਦੇ ਨਾਲ ਸੰਬੰਧਿਤ ਸਾਡੇ ਕੋਲੇ ਕੋਈ ਕੁਐਸਚਨ ਆਗਾ ਤਾਂ ਉਸ ਵੇਲੇ ਆਪਾਂ 2πn/60 ਕਰਨਾਗਾ ਓਕੇ ਅੱਗੇ ਚੱਲੋ ਜੀ ਹੁਣ ਆਪਾਂ ਇਸ ਤੋਂ ਬਾਅਦ omega ਦੀ ਵੈਲਿਊ ਆਪਾਂ ਇੱਥੇ ਭਰ ਦਿੰਨੇ ਆਂਗੇ ਪੁੱਟ ਕਰ ਲੈਣੇ ਹੁਣ ਟਾਰਕ ਦਿੱਤੀ ਹੋਈ ਹੈ ਇਹ ਵੀ ਸਾਨੂੰ ਦਿੱਤੀ ਹੋਈ ਹੈ ਕਿੰਨੀ ਨਿਊਟਨ ਮੀਟਰ 1150 ਤਾਂ ਪਾਵਰ ਕੱਢਣੀ ਹੈਗੀ ਇਹ ਪਾਵਰ ਜਿਹੜਾ ਆਊਗਾ ਸਾਡਾ ਇਹਦੇ ਵਿੱਚ ਲਿਖ ਲੈਣੇ ਆਪਾਂ ਪਾਵਰ ਹਮੇਸ਼ਾ ਆਏਗੀ ਸਾਡੀ ਵਾਟ ਦੇ ਵਿੱਚ ਤੇ ਟਾਰਕ ਹੋਵੇਗੀ ਨਿਊਟਨ ਮੀਟਰ ਦੇ ਵਿੱਚ ਠੀਕ ਹੈ ਜੀ omega ਤਾਂ omega ਹੀ ਹੋਏਗਾ ਤਾਂ ਮਤਲਬ ਜਦੋਂ ਆਪਾਂ ਇਹਨਾਂ ਨੂੰ ਗੁਣਾ ਕਰਾਂਗੇ ਯਾਦ ਰੱਖਣਾ ਸਾਡਾ ਆਨਸਰ ਜਿਹੜਾ ਆਊਗਾ ਉਹ ਵਾਟ ਚ ਆਊਗਾ ਪੁੱਛਿਆ ਉਹਨੇ ਐਚਪੀ ਦਾ ਇਹਦਾ ਮਤਲਬ ਕੀ ਹੈ ਵਾਰਟ ਨੂੰ ਅਸੀਂ ਬਾਅਦ ਦੇ ਵਿੱਚ ਐਚਪੀ ਚ ਬਣਾਵਾਂਗੇ ਪਹਿਲਾਂ ਸਾਡਾ ਕੰਮ ਕੀ ਹੈ ਵੀ ਪਹਿਲਾਂ ਉਹਨੂੰ ਵਾਰਟ ਚ ਤਾਂ ਲੈ ਆਈਏ ਐਚਪੀ ਤਾਂ ਬਾਅਦ ਚ ਬਣੀ ਜਾਊਗਾ ਤੇ ਲੋ ਜੀ ਆਪਾਂ ਇੱਥੇ ਸਟਾਰਟ ਕਰਨ ਲੱਗੇ ਆਂਗੇ ਸਭ ਤੋਂ ਪਹਿਲਾਂ ਆਪਾਂ T ਦੀ ਵੈਲਿਊ ਭਰਦੇ ਆਂ T ਸਾਡੇ ਕੋਲੇ ਹੈ ਕਿੰਨਾਗਾ 1150 ਟਾਰਕ ਸਾਡੇ ਕੋਲੇ ਹੈਗੀ ਆ 1150 ਮਲਟੀਪਲਾਈ ਬਏ 2 ਪਾਈ n 2 ਗੁਣਾ ਪਾਈ 3.14 ਗੁਣਾ n n ਕਿੰਨਾਗਾ ਸਾਡਾ ਨ ਹੈਗਾ ਜੀ ਸਾਡਾ 990 ਚੱਕਰ ਆ 990 ਚੱਕਰ ਦਿੱਤੇ ਹੋਏ ਨੇ ਨਾ ਵੰਡ ਕਰਨੀਆਂ ਆਂਗੀ ਆਪਾਂ 60 ਦੇ ਨਾਲ ਸਭ ਤੋਂ ਪਹਿਲਾਂ ਆਹ ਜ਼ੀਰੋ ਨਾਲ ਸਾਡੇ ਇੱਕ ਜ਼ੀਰੋ ਕੱਟ ਜੇਗੀ ਇਹਦੇ ਨਾਲ ਕੱਟ ਕੇ ਸਾਡਾ ਕਿੰਨਾ ਆ ਜਾਏਗਾ ਇੱਥੇ ਲਗਭਗ ਸਾਡਾ ਆ ਜਾਏਗਾ 2 ਨੂੰ ਆਪਾਂ ਇੱਥੇ 3 ਆ ਗਿਆ ਸਾਡਾ 3 2 6 ਹੁੰਦਾਗਾ ਇਸ ਤੋਂ ਬਾਅਦ ਇਸ ਤੋਂ ਬਾਅਦ ਇਹ ਜਾ ਰਿਹਾ ਕਾਹਤੇ ਇਸ ਤੋਂ ਬਾਅਦ ਇਹ ਕਾਹਤੇ ਨਹੀਂ ਕੱਟਿਆ ਜਾਣਾ ਹੈਗਾ ਇਹਨੂੰ ਆ ਤਿੰਨ ਨੂੰ ਆਪਾਂ a3 ਦੇ ਆਪਾਂ ਲਗਭਗ ਘੱਟ ਸਕਦੇ ਸੀਗੇ ਚਲੋ ਆਪਾਂ ਇਹਨੂੰ ਕੈਲਕੂਲੇਟਰ ਦੇ ਉੱਪਰ ਸੋਲਵ ਕਰਕੇ ਦੇਖ ਲੈਂਦੇ ਆ ਕਿ ਇਹ ਵੈਲਿਊ ਬਣਦੀ ਕਿੰਨੀ ਹੈਗੇ ਤਾਂ ਕੈਲਕੂਲੇਟਰ ਦੇ ਉੱਪਰ ਆਪਾਂ ਜਦੋਂ ਸੋਲਵ ਕਰਾਂਗੇ ਇਹਨੂੰ ਵੈਲਿਊ ਆਪਣੀ ਆਪਣੀ ਵੈਲਿਊ ਤੁਸੀਂ ਕੈਲਕੂਲੇਟ ਕਰਕੇ ਦੇਖੋ ਰਜੇ ਕਿੰਨੀ ਬਣਦੀ ਹੈਗੀ ਆਪਾਂ ਫਿਰ ਮੈਚ ਕਰਦੇ ਆ ਆਪਸ ਦੇ ਵਿੱਚ ਆਨਸਰ 343 045 ਇਹ ਆਪਾਂ ਕਿਉਂਕਿ ਹੁਣ ਇਹ 115 ਵੀ ਲੈਤਾ ਆ ਵੀ ਲੈਤਾ ਤੇ ਆ ਵੀ ਲੈਤਾ ਤਾਂ ਮਤਲਬ ਆਹ ਜੇ ਖਤਮ ਨਹੀਂ ਸੀ ਹੇਠਲੇ ਪਾਸ ਸਾਡੇ ਕੋਲ ਕਿੰਨਾਗਾ ਤਿੰਨ ਆਗਾ ਇਨੂੰ ਡਿਵਾਈਡ ਕਰਨਾ ਪਊਗਾ ਸਾਨੂੰ 3 ਦੇ ਨਾਲ ਤੁਹਾਡੇ ਕੋਲੇ ਇੱਥੋਂ ਜਿਹੜੇ ਟੋਟਲ ਵਾਟ ਆ ਗਏ ਸਾਡੇ ਉਹ 114 348 .33 ਵਾਟ ਆ ਗਿਆ ਨਾ ਜੀ ਆਹ ਆਨਸਰ ਆ ਗਿਆ ਸਾਡਾ ਕਾਦੇ ਵਿੱਚ ਆਇਆ ਇਹ ਵਾਟ ਚ ਲੈ ਕੇ ਕਿਹਦੇ ਵਿੱਚ ਸਾਨੂੰ ਅਸੀਂ ਇਹਨੂੰ ਲੈ ਕੇ ਜਾਣਾਗਾ ਅਸੀਂ ਇਹਨੂੰ ਕਿਲੋਵਾਟ ਦੇ ਵਿੱਚ ਹੁਣ ਜੇ ਕਿਲੋਵਾਟ ਦੇ ਵਿੱਚ ਬਦਲਣਾਗਾ ਤੇ ਜਿਹੜਾ ਸਾਡਾ ਪੁਆਇੰਟ ਇੱਥੇ ਲੱਗਿਆ ਹੋਇਆ ਕਿਉਂਕਿ 1 ਕਿਲੋਵਾਟ ਦੇ ਵਿੱਚ 1000 ਵਾਟ ਹੁੰਦੇ ਨੇਗੇ ਤਾਂ ਵੱਡੇ ਦੇ ਵਿੱਚ ਬਣਾਉਣਾ ਤਾਂ 3 ਪੁਆਇੰਟ ਇੱਧਰ ਖਿਸਕ ਜੂ 1 2 3 3 ਇੱਥੇ ਜਿਹੜੇ ਖੜੇ ਇੱਧਰ ਖਿਸਕ ਜੂ ਤਾਂ ਵਾਟ ਦੇ ਵਿੱਚ ਸਾਡੇ ਕੋਲ ਕਿਲੋਵਾਟ ਸਾਡੇ ਕੋਲ ਆਨਸਰ ਕਿੰਨਾ ਬਣੇਗਾ ਹੋ 114.348 ਆਹ ਬਣ ਗਿਆ ਸਾਡੇ ਕਿਲੋਵਾਟ ਹੁਣ ਕਿਲੋਵਾਟ ਦਾ ਰਿਲੇਸ਼ਨ ਦੇਖ ਲੈਣੇ ਆਂਗੇ ਆਪਾਂ HP ਨਾਲ 1 HP ਜਿਹੜਾ ਹੁੰਦਾਗਾ ਉਹ 735.5 735.5 ਵਾਟ ਦੇ ਬਰਾਬਰ ਹੁੰਦਾ ਜੇ ਕਿਲੋਵਾਟ ਦੀ ਗੱਲ ਕਰੀਏ ਤਾਂ 1 HP 0.735 5 ਇਹਦੇ ਇਹਦੇ ਬਰਾਬਰ ਹੋਏ ਨੇ ਕਿਲੋਵਾਟ ਦੇ ਤਾਂ ਮਤਲਬ ਸਾਨੂੰ ਦਿੱਤਾ ਕੀ ਹੋਇਆ ਕਿਲੋਵਾਟ ਅਸੀਂ ਕੱਢਣਾ ਕੀ ਹੈ HP ਅਸੀਂ ਜਿਹੜੇ HP ਜਿੰਨੇ ਹੈਗੇ ਹੈਗੇ ਅਸੀਂ ਕੀ ਕਰਾਂਗੇ ਰਾਜੇ ਆ ਜ ਨੂੰ ਡਿਵਾਈਡ ਕਰ ਦਾਂਗੇ ਇਹਨੂੰ ਆਪਾਂ ਜਿਹੜੇ ਕਿਲੋਵਾਟ ਨੇਗੇ ਇਹਨੂੰ ਆਪਾਂ ਡਿਵਾਈਡ ਕਰ ਦਾਂਗੇ ਜਿਹ 114 ਗਾ ਨਾ ਸਾਡਾ 114.348 ਆ ਦੇਖੋ ਕਿਲੋਵਾਟ ਘਟਨੇਗੇ ਹਨਾ ਕਿਲੋਵਾਟ ਘਟਨੇਗੇ ਐਚਪੀ ਵੱਡਾ ਇਹਦਾ ਮਤਲਬ ਜੇ ਇਹ ਆਨਸਰ ਸਾਡਾ ਕਿਲੋਵਾਟ ਦੇ ਵਿੱਚ ਹੈਗਾ ਤੈਨੂੰ ਜਦੋਂ ਐਚਪੀ ਚ ਲੈ ਕੇ ਜਾਵਾਂਗੇ ਵੈਲਿਊ ਵੱਡੀ ਬਣੂਗੀ ਨਾ ਤਾਂ ਵੱਡੀ ਆਪਾਂ ਕਿਵੇਂ ਕਰਾਂਗੇ ਜਿਹੜੀ ਚੀਜ਼ ਪੁਆਇੰਟਾਂ ਚ ਹੁੰਦੀ ਹੈ ਉਹਨੂੰ ਆਪਾਂ ਡਿਵਾਈਡ ਕਰਦੇ ਹੁੰਨੇ ਪੁਆਇੰਟ 735 ਇਹਨੂੰ ਆਪਾਂ ਆਪਸ ਦੇ ਵਿੱਚ ਡਿਵਾਈਡ ਕਰਾਂਗੇ ਤਰੀਦਾ ਆਪਾਂ 114 ਨੂੰ ਡਿਵਾਈਡ ਕਰਾਂਗੇ ਆਪਾਂ ਡਿਵਾਈਡ ਬਾਏ ਕਰਾਂਗੇ ਪੁਆਇੰਟ 735 55 ਨਾਲ ਤਾਂ ਸਾਡੇ ਕੋਲੇ ਇੱਥੋਂ ਆ ਜੂਗਾ ਇਹ 155 ਆ ਜੂਗਾ राजे ਇਹ 155 ਐਚਪੀ ਆ ਜੂਗਾ ਆ ਚੀਜ਼ ਆ ਜਾਈਗੀ ਬੱਚੇ ਤਾਂ ਇੱਥੇ ਸਾਡੇ ਕੋਲੇ ਆਨਸਰ ਆ ਜਿਹੜਾ ਇਹਦਾ ਸੀ ਆਨਸਰ ਪਿਆ 155 ਐਚਪੀ ਮੇਰੇ ਖਿਆਲ ਨਾਲ ਕਲੀਅਰ ਹੋ ਗਿਆ ਹੋਵੇਗਾ ਤਾਂ ਯਾਦ ਰੱਖਣਾ ਪਹਿਲਾ ਕੰਮ ਕਰਨਾ ਸੀ ਆ ਫਾਰਮੂਲਾ ਸਾਨੂੰ ਪਾਵਰ T omega ਪਤਾ ਹੋਣਾ ਚਾਹੀਦਾ ਹੈਗਾ ਜਦੋਂ ਇਹਨੂੰ ਸੋਲਵ ਕਰ ਲਿਆ ਟਾਰਕ ਤੇ omega ਨੂੰ ਸੋਲਵ ਕਰ ਲਿਆ ਸਾਡਾ ਆਨਸਰ ਆਜੂਗਾ ਕਾਰੇ ਵਿੱਚ ਆਊਗਾ ਵਾਟ ਦੇ ਵਿੱਚ ਇਹਨੂੰ ਕਿਲੋਵਾਟ ਦੇ ਵਿੱਚ ਬਣਾ ਲਾਂਗੇ ਆਪਾਂ ਕਿਲੋਵਾਟ ਦਾ ਰਿਲੇਸ਼ਨ ਜਦੋਂ ਆਪਾਂ ਕਿਲੋਵਾਟ ਤੋਂ HP ਕਰਨਾ ਹੈਗਾ ਤਾਂ ਤੁਸੀਂ ਇੱਥੇ 'ਚ ਬੇਸ਼ੱਕ ਲਿਖ ਲਓ ਵੀ HP ਕੱਢਣ ਵਾਸਤੇ ਸਾਨੂੰ ਕੀ ਕਰਨਾ ਹੁੰਦਾ ਕਿਲੋਵਾਟ ਡਿਵਾਈਡ ਬਾਈ 0.735 ਇਹਨੂੰ ਆਪਾਂ ਡਿਵਾਈਡ ਕਰਨਾ ਹੁੰਦਾ ਸਾਡੇ ਕੋਲ ਇੱਥੋਂ HP ਫਾਰਮੂਲਾ ਲਿਖ ਲਓ ਜਿਹੜਾ ਮੈਂ ਆਹ ਨਹੀਂ ਕੀਤਾ ਹੈਗਾ ਆਹ ਇਹਦਾ ਫਾਰਮੂਲਾ ਲਿਆ ਦੇਖੋ ਉੱਪਰ ਤਾਂ ਮੈਂ ਕਿਲੋਵਾਟ ਲੈਂਦੇ ਆ ਗਿਆ ਦੇਖੋ ਜੀ ਕਿਲੋਵਾਟ ਨੇ ਹੇਠਲੇ ਪਾਸੇ 0.735 ਆ ਤਾਂ ਐਚਪੀ ਕੀ ਹੁੰਦਾ ਐਚਪੀ ਦੀ ਵੈਲਿਊ ਕੀ ਹੁੰਦੀ ਹੈ ਕਿਲੋਵਾਟ ਡਿਵਾਈਡ ਬਾਈ 0.735 ਸਾਡੇ ਕੋਲ ਇੱਥੋਂ ਸੜੀ ਇਹ ਵੈਲਿਊ ਆ ਗਈ ਉਹ ਐਚਪੀ ਦੀ ਵੈਲਿਊ ਆ ਜਾਂਦੀ ਹੁੰਦੀ ਹੈ ਬੇਸ਼ੱਕ ਦੇਖਣ ਨੂੰ ਇਹ ਕੁਐਸ਼ਨ ਕਾਫੀ ਵੱਡਾ ਹੈਗਾ ਪਰ ਪੇਪਰ ਦੇ ਵਿੱਚ ਇੱਡੇ-ਇੱਡੇ ਤੇ ਲੈਂਥੀ ਕੁਐਸ਼ਨ ਨਹੀਂ ਆਉਂਦੇ ਹੈਗੇ ਤੁਹਾਨੂੰ ਪੇਪਰ ਦੇ ਵਿੱਚ ਆਇਆ ਨਹੀਂ ਪਤਾ ਸਿਰਫ ਇਹੀ ਪੁੱਛ ਲਵੇ ਵੀ ਕਿਲੋਵਾਟ ਨੂੰ ਜਦੋਂ ਆਪਾਂ ਐਚਪੀ ਚ ਕਿਵੇਂ ਬਦਲ ਸਕਦੇ ਆ ਐਚਪੀ ਨੂੰ ਕਿਲੋਵਾਟ ਚ ਕਿਵੇਂ ਬਦਲ ਸਕਦੇ ਆਗੇ ਤਾਂ ਤੁਹਾਨੂੰ ਕੁਐਸ਼ਨ ਕਰਵਾਉਣਾ ਇਹ ਜ਼ਰੂਰੀ ਸੀਗਾ ਵੀ ਕੁਐਸ਼ਨ ਨੂੰ ਦੇਖ ਕੇ ਡਰਨਾ ਨਹੀਂ ਹੈਗਾ ਤੁਸੀਂ ਠੀਕ ਹੈ ਜੀ ਅਗਲਾ ਕੁਐਸ਼ਨ ਦੇਖੋ ਜੀ ਕਿਹਨਾਂ ਡੀਸੀ ਮੋਟਰ ਵਿੱਚ ਬਾਜੂ ਮਤਲਬ ਹਵਾ ਹਵਾ ਘਰਸ਼ਣ ਹਾਨੀਆਂ ਹੀਟ ਲਿਖਿਆਂ ਵਿੱਚੋਂ ਕਿਸ ਦੇ ਸਨੁਪਾਤੀ ਹੁੰਦੀਆਂ ਨੇ ਪਹਿਲਾਂ ਤਾਂ ਬਾਜੂ ਘਰਸ਼ਣ ਜਿਹਨੂੰ ਅਸੀਂ ਕਹਿੰਦੇ ਆ ਇੰਗਲਿਸ਼ ਦੇ ਵਿੰਡੇਜ ਲਾਸ ਵਿੰਡੇਜ ਲਾਸ ਕੀ ਹੁੰਦੀ ਹੈ ਪਹਿਲਾਂ ਤਾਂ ਇਹ ਦੇਖੋ ਕੋਈ ਬੰਦਾ ਸਾਈਕਲ ਚਲਾ ਰਿਹਾ ਹੈਗਾ ਕੋਈ ਬੰਦਾ ਹੈਗਾ ਜਿਹੜਾ ਉਹ ਸਾਈਕਲ ਚਲਾ ਰਿਹਾ ਦੇਖੋ ਨਹੀਂ ਨਾ ਕਿਹਾ ਵੀ ਇਹ ਵਧੀਆ ਕਿਉਂ ਨਹੀਂ ਬਣਿਆ ਹੈਗਾ ਇਹ ਸਾਈਕਲ ਚਲਾ ਰਿਹਾ ਦੇਖੋ ਬੱਚੇ ਜੇ ਉਹ ਇਧਰ ਨੂੰ ਸਾਈਕਲ ਚਲਾ ਰਿਹਾ ਹੋਵੇ ਤੇ ਹਵਾ ਜਿਹੜੀ ਇਧਰ ਨੂੰ ਆ ਰਹੀ ਹੋਵੇ ਪੁੱਠੀ ਡਾਇਰੈਕਸ਼ਨ ਦੇ ਵਿੱਚ ਜਦੋਂ ਆਪਾਂ ਸਾਈਕਲ ਚਲਾਉਣਾ ਹੈ ਜਦੋਂ ਹਵਾ ਸਾਨੂੰ ਵੱਜਦੀ ਹੈਗੀ ਤੱਕੀ ਸਾਥੋਂ ਹੀ ਸਾਈਕਲ ਚੱਲ ਪਾਉਂਦਾ ਹੈਗਾ ਸਾਡਾ ਜ਼ੋਰ ਲੱਗਦਾ ਬਹੁਤ ਜ਼ਿਆਦਾ ਤੇ ਜੇ ਇਹ ਇਹਦੀ ਸਾਈਕਲ ਦੀ ਡਾਇਰੈਕਸ਼ਨ ਇਧਰ ਨੂੰ ਪੁੱਠੀ ਕਰ ਦੇਵੇ ਜੇ ਇਹ ਇਧਰ ਨੂੰ ਚਲਾਵੇ ਤੇ ਹਵਾ ਪਿਛਲੀ ਹੋਵੇ ਤੇ ਫਿਰ ਸਾਈਕਲ ਜਿਹੜਾ ਹੁੰਦਾ ਬਹੁਤ ਸੌਖਾ ਚੱਲਦਾ ਇਹਦਾ ਮਤਲਬ ਹਵਾ ਬੇਸ਼ੱਕ ਸਾਨੂੰ ਦਿਖਦੀ ਨਹੀਂ ਹੈਗੀ ਪਰ ਸਾਨੂੰ ਧੱਕਾ ਤਾਂ ਮਾਰਦੀ ਹੈ ਨਾ ਹਵਾ ਉਸੇ ਤਰੀਕੇ ਇਹਦਾ ਮਤਲਬ ਕੋਈ ਵੀ ਚੀਜ਼ ਜਦੋਂ ਹਿਲਦੀ ਹੈਗੀ ਹਵਾ ਉਹਨੂੰ ਧੱਕਾ ਮਾਰਦੀ ਹੈ ਤੇ ਜਿਹੜਾ ਸਾਡਾ ਆਰਮੇਚਰ ਹੈ ਜਦੋਂ ਉਹ ਘੁੰਮੂਗਾ ਜਿਹੜਾ ਸਾਡਾ ਹਵਾ ਹੁੰਦੀ ਹੈ ਜਿਹੜੀ ਵਿਚਕਾਰ ਸਟੇਟਰ ਤੇ ਰੋਟਰ ਦੇ ਵਿਚਕਾਰ ਇੱਥੇ ਜਿਹੜੀ ਹਵਾ ਹੁੰਦੀ ਹੈਗੀ ਬੇ ਨਾਲੇ ਆਪਾਂ ਸਾਈਡ ਦੇ ਪੱਖਾ ਲਾਇਆ ਹੁੰਦਾ ਨਾ ਜਿਹੜੀ ਹਵਾ ਇਹਦੇ ਵਿੱਚ ਦੀ ਕ੍ਰਾਸ ਹੋ ਰਹੀ ਹੁੰਦੀ ਹੈ ਤਾਂ ਕਿ ਇਹ ਠੰਡਾ ਹੋਵੇ ਤਾਂ ਹਵਾ ਨੂੰ ਜਦੋਂ ਕੱਟੇ ਗਾਰ ਮੇਚ ਰਿਹਾ ਤਾਂ ਇਹਦੇ ਉੱਪਰ ਇੱਕ ਘਰਸ਼ਨ বল ਲੱਗੇਗਾ ਹਵਾ ਦਾ ਤਾਂ ਘਰਸ਼ਨ বল ਕਿਵੇਂ ਹੁੰਦਾਗਾ ਉਹ ਕਿੰਦਾ ਇਹਦੇ ਉੱਪਰ ਡਿਪੈਂਡ ਕਰਦਾਗਾ ਉਹਦਾ ਜਿਹੜਾ ਆਨਸਰ ਪੁੱਛ ਰਿਆ ਉਹ ਆਊਗਾ ਜੀ D^2 D ਆਨਸਰ ਹੈ ਇਹਦਾ ਮਤਲਬ ਹਵਾ ਜੇ ਆਪਾਂ ਸਪੀਡ ਦੁੱਗਣੀ ਕਰਾਂਗੇ ਇਹ ਤਾਂ ਘਰਸ਼ਨ ਜਿਹੜੇ ਹਾਨੀਆਂ ਹੋਣਗੀਆਂ ਉਹ ਚਾਰ ਗੁਣਾ ਹੋ ਜਾਣਗੀਆਂ ਜੇ ਆਪਾਂ ਸਪੀਡ ਤਿੱਗਣੀ ਕਰਾਂਗੇ ਤਾਂ ਤਿੱਗਣੀ ਦਾ ਸਕੁਅਰ ਹੁੰਦਾ 9 ਇਹਦਾ ਮਤਲਬ ਘਰਸ਼ਨ ਹਾਨੀਆਂ ਸਾਡੀਆਂ 9 ਗੁਣਾ ਹੋ ਜਾਣਗੀਆਂ ਤਾਂ ਘਰਸ਼ਨ ਹਾਨੀਆਂ ਜਿਹੜੀਆਂ ਹੁੰਦੀਆਂ ਬਾਜੂ ਘਰਸ਼ਨ ਹਾਨੀਆਂ ਜਿਹੜੀਆਂ ਸਾਡੇ ਵਿੰਡੇ ਲਾਸ ਹੁੰਦੇ ਆ ਇਹਨਾਂ ਸਕੁਅਰ ਤੇ ਡਿਪੈਂਡ ਕਰਦੇ ਆ ਯਾਦ ਰੱਖਣਾ ਹੈਗਾ ਓਕੇ ਜੀ ਅਗਲਾ ਕੁਐਸਚਨ ਡੀਸੀ ਮੋਟਰ ਵਿੱਚ ਬੁਸ਼ ਤੇ ਵੋਲਟੇਜ ਦਾ ਮਾਣ ਲਗਭਗ ਬੁਸ਼ ਦੇ ਉੱਪਰ ਵੀ ਜਿਹੜੇ ਸਾਡੇ ਬਰਸ਼ਸ ਹੁੰਦੇ ਆਗੇ ਬਰਸ਼ਸ ਦੀ ਆਪਣੀ ਕੋਈ ਨਾ ਕੋਈ ਤਾਂ ਰੈਜ਼ਿਸਟੈਂਸ ਹੁੰਦੀ ਆ ਨਾ ਤਾਂ ਉਸ ਰੈਜ਼ਿਸਟੈਂਸ ਦੇ ਵਿੱਚ ਦੀ ਜਦੋਂ ਕਰੰਟ ਲੰਘੂਗਾ ਤਾਂ ਕਰੰਟ ਗੁਣਾ ਰੈਜ਼ਿਸਟੈਂਸ ਉੱਤੇ ਕੀ ਹੋਊਗਾ ਇੱਕ ਵੋਲਟੇਜ ਦਾ ਡ੍ਰੌਪ ਹੋਊਗਾ ਇਹ ਲਗਭਗ ਜਿਹੜਾ ਹੁੰਦਾਗਾ 2 ਗੋ ਵੋਲਟ ਦਾ ਡ੍ਰੌਪ ਹੁੰਦਾ ਇਹ ਪੱਕਾ ਰੱਟਾ ਮਾਰਨਾ ਪਊਗਾ ਇਸ ਚੀਜ਼ ਨੂੰ ਵੀ ਬਾਲਾ ਬਰਸ਼ੀ ਦੇ ਉੱਪਰ ਬਹੁਤ ਜ਼ਿਆਦਾ ਡ੍ਰੌਪ ਨਹੀਂ ਹੁੰਦਾ ਹੈਗਾ 2 ਗੋ ਵੋਲਟ ਦਾ ਹੁੰਦਾ ਜੇ ਆ ਡ੍ਰੌਪ ਸਾਰੇ ਆਪਾਂ ਉਹਦੇ ਬਰਸ਼ੀਸ ਤੇ ਕਰਤਾਰਾਂ ਜੀ ਸਾਡੇ ਲੋਡ ਨੂੰ ਕੁਝ ਵੀ ਨਹੀਂ ਮਿਲਣਾ ਆਏਗਾ ਠੀਕ ਹੈ ਤਾਂ 2 ਗੋ ਵੋਲਟ ਦਾ ਡ੍ਰੌਪ ਹੁੰਦਾ ਹੈ ਸਾਡੇ ਬਰਸ਼ੀ ਦੇ ਉੱਪਰ ਬਾਕੀ ਜਿਹੜੀ ਸਾਡੀ ਬਾਹਰਲੇ ਪਾਸੇ ਆਪਣੀ ਵੋਲਟੇਜ ਮਿਲ ਜਾਂਦੀ ਹੈ ਸਾਨੂੰ ਅਗਲਾ ਕੁਐਸਚਨ ਦੇਖੋ ਜੀ ਗਾ ਡੀਸੀ ਮੋਟਰ ਹੈ ਜਿਹੜੀ ਸਾਡੀ ਮੋਟਰ ਤੇ ਭਾਰ ਵਧਣ ਦੇ ਨਾਲ ਕੀ ਹੁੰਦਾ ਸਭ ਤੋਂ ਪਹਿਲਾ ਕੰਮ ਜਦੋਂ ਕਿਸੇ ਮੋਟਰ ਦੇ ਉੱਪਰ ਭਾਰ ਪੈਂਦਾ ਹੈਗਾ ਲੋਡ ਜਦੋਂ ਆਪਣਾ ਵੱਧਾ ਹੈਗਾ ਤਾਂ ਦੀ ਸਪੀਡ ਕੀ ਹੁੰਦੀ ਹੈ ਬੱਚੇ ਸਪੀਡ ਉਹਦੀ ਕੀ ਹੁੰਦੀ ਹੈ ਘਟਦੀ ਆ ਤੇ ਜੇ ਉਹਦੀ ਸਪੀਡ ਘਟ ਜੇਗੀ ਤਾਂ ਪਹਿਲੀ ਗੱਲ ਤਾਂ ਹੁਣੇ ਉੱਪਰ ਪੜ ਕੇ ਆਏਗਾ ਜਿਹੜੀਆਂ ਉਹਦੀਆਂ ਬਾਜੂ ਘਰਸ਼ਣ ਹਾਨੀਆਂ ਨੇਗੀਆਂ ਇਹ ਵੀ ਘਟ ਜਾਣਗੀਆਂ ਅੱਛਾ ਬਰਸ਼ ਪਰ ਸਹਾਨੀਆਂ ਬ੍ਰਸ਼ਸ ਜਿਹੜੇ ਆਗੇ ਹੁਣ ਜਿਹੜੇ ਆਪਣੇ ਸਾਡੇ ਬਰਸ਼ ਦੇ ਉੱਪਰ ਜਿਹੜਾ ਇੱਥੇ ਲਾਸ ਹੋ ਰਿਹਾ ਫ੍ਰਿਕਸ਼ਨ ਇੱਥੇ ਜਿਹੜਾ ਫ੍ਰਿਕਸ਼ਨ ਹੈਗਾ ਉਬਿਧਾ ਹਟਾ ਪਹਿਲਾਂ ਨਾਲੋਂ ਘਟੇਗਾ ਨਾ ਤਾਂ ਕੋਰ ਹਾਨੀਆਂ ਕਿਉਂਕਿ ਜਿੰਨੀ ਸਪੀਡ ਵੱਧ ਹੁੰਦੀ ਹੈ ਉੰਨੀ ਫ੍ਰੀਕਵੈਂਸੀ ਵੱਧ ਹੁੰਦੀ ਹੈ ਜਿੰਨੀ ਫ੍ਰੀਕਵੈਂਸੀ ਵੱਧ ਹੁੰਦੀ ਹੈ ਉਹਨੇ ਕੋਰ ਲਾਸ ਵੱਧ ਹੁੰਦੇ ਨੇ ਤਾਂ ਕੋਰ ਹਾਨੀਆਂ ਵੀ ਘਟ ਜਾਣਗੀਆਂ ਤਾਂ ਇਹ ਸਾਰੇ ਆਉਣਗੇ ਇਹਨਾਂ ਨੇ ਕਿਹਾ ਕੋਈ ਨਹੀਂ ਇਹ ਨਹੀਂ ਲਿਖਿਆ ਇਹਨਾਂ ਸਾਰੇ ਆਉਣਗੇ ਤਾਂ ਸਾਰੀਆਂ ਹਾਨੀਆਂ ਘਟ ਜਾਣਗੀਆਂ ਜਦੋਂ ਸਾਡੀ ਲੋਡ ਵਧੂਗਾ ਤੇ ਸਪੀਡ ਜਦੋਂ ਸਾਡੀ ਘਟੂਗੀ ਇਹ ਜਿਹੜੀਆਂ ਹਾਨੀਆਂ ਨੇ ਇਹ ਘਟ ਜਾਣਗੀਆਂ ਠੀਕ ਹੈ ਜੀ ਪਰ ਜੇ ਕਾਪਰ ਲਾਸ ਲਿਖਿਆ ਹੁੰਦਾ ਕਾਪਰ ਲਾਸ ਸਾਡੇ ਵਧ ਜਾਣਗੇ ਲੋਡ ਜਿੰਨਾ ਵਧੂਗਾ ਉਹਨਾਂ ਕਰੰਟ ਵਧੂਗਾ ਜਿੰਨਾ ਕਰੰਟ ਵਧੂਗਾ ਉਹਨੇ i²r ਲਾਸ ਵਧਣਗੇ ਉਹ ਵਧ ਜਾਣਗੇ ਸਾਡੇ ਲਓ ਜੀ ਆਰਮਚਰ ਧਾਰਾ ਦਾ ਸਮੀਕਰਨ ਕੀ ਹੈ ਡੀਸੀ ਮੋਟਰ ਚ ਤੁਹਾਨੂੰ ਯਾਦ ਹੋਊਗਾ ਆਪਾਂ ਇੱਕ ਫਾਰਮੂਲਾ ਲਿਖਿਆ ਸੀਗਾ eʙ ਦਾ ਉਹ ਸੀਗਾ v iar aਪਾਂ ਆਹ ਕੱਢਣਾ ਵੀ ਇਹ ਕਿਵੇਂ ਨਿਕਲੂਗਾ ਪਹਿਲਾਂ ਇਹਨੂੰ ਆਪਾਂ ਇੱਧਰ ਲੈ ਜੀ ਆਪਾਂ ਲੈ ਜਾਂਦੇ ਆ ਵੀ EB ਤਾਂ ਇੱਥੇ ਪਿਆ ਹੈਗਾ ਵੋਲਟੇਜ ਪਲੱਸ ਦੇ ਵਿੱਚ ਇੱਧਰ ਆ ਕੇ ਮਾਈਨਸ ਚ ਹੋ ਗਈ ਬਰਾਬਰ ਹੈ ਮਾਈਨਸ I A R A ਹੁਣ ਆਪਾਂ ਕੰਮ ਕਰਦੇ ਆਂਗੇ ਆਪਾਂ ਸਾਰੇ ਸਾਈਨ ਚੇਂਜ ਕਰ ਦਨੇ ਆ ਇੱਧਰ ਪਲੱਸ ਕਰ ਦਨੇ ਆਂਗੇ ਇੱਧਰ ਪਲੱਸ ਇੱਧਰ ਮਾਈਨਸ ਤੁਹਾਡੇ ਕੋਲੇ ਕੀ ਆ ਗਿਆ V ਇਹਨੂੰ ਆਪਾਂ ਅੱਗੇ ਲਿਖ ਲਓ ਇਹਨੂੰ ਆਪਾਂ ਪਿੱਛੇ ਲਿਖ ਦੋ ਮਾਈਨਸ EB I A R A ਤਾਂ I A ਕੱਢਣਾ R A ਨੂੰ ਚੱਕ ਕੇ ਇਹਦੇ ਥੱਲੇ ਲਾਇਓ ਇੱਧਰ ਗੁਣਾ ਦੇ ਵਿੱਚ ਪਿਆ ਸੀਗਾ ਨਾ ਇੱਧਰ ਵੰਡ ਚ ਆ ਜਾਊਗਾ ਤਾਂ V EB RA ਆ ਜਾਊਗਾ ਤੇ ਬਰਾਬਰ ਕੀ ਦੇ ਆ ਜਾਊਗਾ ਇਹ IA ਦੇ ਤਾਂ IA ਹੁਣ ਦੇਖ ਲਓ ਆ ਕਿੱਥੇ ਲਿਖਿਆ ਹੋਇਆਗਾ ਦੇਖ ਲਓ V EB ਆਹ ਲਓ ਆ ਪਿਆਗਾ ਜੀ ਸੌਖਿਆ ਨਾ ਬਸ ਆਹ ਫਾਰਮੂਲਾ ਪਤਾ ਹੋਣਾ ਚਾਹੀਦਾ ਸਾਨੂੰ ਇਥੋਂ ਡਰਾਈਵ ਹੋਇਆ ਹੋਇਆਗਾ ਇਹ ਠੀਕ ਹੈ ਜੀ ਓਕੇ ਅੱਗੇ ਦੇਖੋ ਜੀ ਦੇ ਬਾਈ ਚਾਂਸ ਤੁਹਾਨੂੰ ਕੋਈ ਵੀ ਕੁਐਸਚਨ ਐਡਾ ਵੱਡਾ ਦਿਖਦਾ ਹੈਗਾ ਜਿਵੇਂ ਆਹ ਕੁਐਸਚਨ ਦਿੱਤਾ ਹੋਇਆ ਨਾ ਇਹਦੇ ਵਿੱਚ ਬੜੇ ਹੀ ਵੈਲਿਊਜ਼ ਬਣਾ ਬਣਾ ਕੇ ਦਿੱਤੀਆਂ ਹੋਈਆਂ ਨੇਗੀਆਂ ਡੀਸੀ ਮੋਟਰ 400 ਵੋਲਟ 20 ਐਂਪੀਅਰ ਧਾਰਾ ਲੈ ਕੇ 2500 ਆਰਪੀਐਮ ਪੈਦਾ ਕਰਦੀ ਹੈ ਮੋਟਰ ਦਾ ਸੰਪੂਰਨ ਪ੍ਰਤੀਰੋਧਿਕ ਓਮ ਹੈ ਆ ਕੁਰਨ ਐਡਾ ਪੈਦਾ ਹੋਵੇਗਾ 300 ਮੀਟਰ ਤੇ ਮੋਟਰ ਦੁਆਰਾ ਕਿੰਨੀ ਧਾਰਾ ਹੋਏਗੀ ਇਹ ਜਿਹਾ ਕੁਐਸਚਨ ਨਹੀਂ ਕਰਨਾ ਹੈਗਾ ਆਪਾਂ ਬੇਸ਼ੱਕ ਇਹ ਸਹੀ ਹੈ ਗਲਤ ਪਰ ਇਹ ਸਾਡੇ ਇਹ ਸਾਥੋਂ ਨਿਕਲਣਾ ਨਹੀਂ ਹੈਗਾ ਰਜੀ ਉੱਥੇ ਇਹ ਐਨਵੈਰੀਕਲ ਕਰਨ ਦੀ ਲੋੜ ਨਹੀਂ ਸਿੰਪਲ ਐਨਵੈਰੀਕਲ ਜਿਹੜੇ ਕਰਨੇ ਉਹ ਜੇ ਅਗਲਾ ਆਪਸ਼ਨ ਦੇਖੋ ਜੇਕਰ ਇੱਕ ਡੀਸੀ ਮੋਟਰ ਵਿੱਚ ਵਿਰੋਧੀ ਬਿਜਲੀ ਵਾਹਕ ਬਲ ਅਚਾਨਕ ਜ਼ੀਰੋ ਹੋ ਜਾਵੇ ਤਾਂ ਜੇ ਆ ਬਿਜਲੀ ਵਾਹਕ ਬਲ ਜ਼ੀਰੋ ਹੋ ਜਾਵੇ ਅਸੀਂ ਹੁਣੇ ਕਰੰਟ ਦੇਖ ਕੇ ਆਏ ਕਰੰਟ ਦਾ ਫਾਰਮੂਲਾ ਹੈ ਕੀ ਸੀਗਾ ਵੀ V EB R ਹੁਣ ਤੁਸੀਂ ਸਪੋਜ਼ ਕਰੋ ਇੱਕ ਆਪਾਂ ਇਹਦੀ ਵੈਲਿਊਜ਼ ਮੰਨਦੇ ਆ ਆ ਲਗਭਗ ਹੁੰਦੀ ਹੈ ਜੇ ਆਪਾਂ ਇਹਨੂੰ 200 ਵੋਲਟ ਮੰਨ ਲਈਏ ਤਾਂ ਥੋੜੀ ਜਿਹੀ ਘੱਟ ਹੁੰਦੀ ਹੈ ਨਾ ਜਿਹੜੀ ਅੰਦਰਲੇ ਪਾਸੇ ਵੋਲਟੇਜ ਆਂਦੀ ਹੈ 180 ਕਿ ਤਾਂ ਹੁੰਦੀ ਹੋਗੀ ਨਾ ਇਹ ਆਪਾਂ आरए ਦੀ ਵੈਲਿਊ ਮੰਨ ਲੈਂਦੇ ਆ 1 ਆਪਾਂ ਫੋਰ ਐਗਜ਼ਾਮਪਲ ਮੰਨ ਕੇ ਚੱਲਦੇ ਆ ਵੀ ਦੇਖਦੇ ਆ ਕੀ ਹੁੰਦਾ ਜਿਸ ਵੇਲੇ ਸਾਰਾ ਕੁਝ ਨਾਰਮਲ ਆ ਉਸ ਵੇਲੇ ਸਾਡੇ ਕੋਲੇ 200 180 ਡਿਵਾਈਡ ਬਾਈ 1 ਤਾਂ ਜਦੋਂ ਆਪਾਂ ਇਹਨੂੰ ਕਰਾਂਗੇ ਇਹਦੇ ਸਾਡੇ ਕੋਲੇ ਜਿਹੜਾ ਆਈਏ ਕਰੰਟ ਆਜੂ ਆਰਮੇਚਰ ਕਰੰਟੋਂ ਕਿੰਨਾ ਆਜੂਗਾ ਬੀ ਐਂਪੀਅਰ ਤਾਂ ਮਤਲਬ ਕੀ ਆ ਮੋਟਰ ਦੇ ਵਿੱਚ ਬੀ ਐਂਪੀਅਰ ਕਰੰਟ ਜਾ ਰਿਹਾ ਜਿਹੜੀ ਸਾਡੀ ਸਮਝ ਦੇ ਵਿੱਚ ਵੀ ਆਉਂਦਾਗਾ ਹੁਣ ਉਹਨੇ ਕੀ ਕਿਹਾ ਹੈਗਾ ਕਹਿੰਦਾ ਇਹਦੇ ਵਿੱਚ ਵਿਰੋਧੀ ਬਿਜਲੀ ਵਾਹਕ ਬਲ ਅਚਾਨਕ ਜ਼ੀਰੋ ਹੋ ਜਾਵੇ ਮੰਨ ਲਓ ਕਹਿੰਦਾ ਆਹ ਜ਼ੀਰੋ ਹੋ ਜਾਵੇ ਆ ਇਸੇ ਕੇਸ ਦੇ ਵਿੱਚ ਮੰਨ ਲਓ ਚਲੋ ਹੁਣ ਸਾਡਾ ਕੀ ਭਰਿਆ ਜਾਊਗਾ ਉੱਪਰਲੇ ਪਾਸੇ ਵੋਲਟੇਜ ਤਾਂ 220 ਹੀ ਆ ਗਈ ਨਾ ਅੰਦਰਲਾ ਜਿਹੜਾ ਈਬੀਏ ਜ਼ੀਰੋ ਹੋ ਗਿਆ ਥੇੜਲੇ ਪਾਸੇ ਰਜਿਸਟਰਾਂ ਦਾ ਜਿਹੜੀ ਉਹ ਬਾਡੀ ਵਨਾਂਗੀ ਤਾਂ 200 ਨਾਲ ਹੀ ਕੱਟਿਆ ਸਾਡੇ ਕੋਲ ਕਰੰਟ ਕਿੰਨਾ ਆ ਗਿਆ ਜੇ 200 ਐਂਪੀਅਰ ਆ ਗਿਆ ਕਰੰਟ ਇਹ ਜਿਹੜੀ ਮੋਟਰ ਦੇ ਵਿੱਚ ਨਾਰਮਲ ਕਰੰਟ ਸਿਰ 20 ਐਂਪੀਅਰ ਜਾ ਰਿਹਾ ਸੀ ਉਹਦੇ ਵਿੱਚ 10 ਗੁਣਾ ਕਰੰਟ ਵਧ ਗਿਆ ਤੇ ਜਦੋਂ ਇੰਨਾ ਜ਼ਿਆਦਾ ਕਰੰਟ ਸਾਡੇ ਕਿਸੇ ਮੋਟਰ ਦੇ ਵਿੱਚ ਜਾਊਗਾ ਤਾਂ ਮੋਟਰ ਨੂੰ ਸਾੜੂਗਾ ਨਹੀਂ ਤੇ ਹੋਰ ਕੀ ਕਰੂਗਾ ਰਜੇ ਤਾਂ ਮੋਟਰ ਸੜ ਜਾਏਗੀ ਕਿਉਂਕਿ ਕਰੰਟ ਜਦੋਂ ਇੰਨਾ ਗਿਆ I²RT ਇਹਦੇ ਨਾਲ ਹੀਟ ਪੈਦਾ ਹੋ ਜੂਗੀ ਇਹਦੇ ਅੰਦਰ ਹੀਟ ਕਰਕੇ ਇਹ ਮੋਟਰ ਜਿਹੜੀ ਆ ਸਾਡੀ ਸੜ ਜਾਏਗੀ ਅਗਲਾ ਦੇਖੋ ਜੀ ਹੌਪਕਿੰਸਨ ਟੈਸਟ ਕਾਹਤੇ ਕੀਤਾ ਜਾਂਦਾ ਸਵਰਨ ਵਰਨਰ ਟੈਸਟ ਸਵਰਨ ਵਰਨਰ ਜਿਆਦਾ ਸਵਰਨ ਵਰਨਰ ਟੈਸਟ ਆਪਾਂ ਹੁਣੇ ਪੜ ਕੇ ਛੱਡਿਆਂਗੇ ਉਹ ਕਾਹਤੇ ਕੀਤਾ ਜਾਂਦਾ ਸੀ ਨੋ ਲੋਡ ਤੇ ਉਹ ਨੋ ਲੋਡ ਤੇ ਜੇ ਫੁੱਲ ਲੋਡ ਦੇ ਉੱਪਰ ਆਪਾਂ ਕੁਝ ਚੈੱਕ ਕਰਨਾਗਾ ਤਾਂ ਆਪਾਂ ਉਹ ਜੀ ਕਿਹੜਾ ਟੈਸਟ ਕਰਦੇ ਆ ਹਾਪਕਿੰਸਨ ਟੈਸਟ ਕਰਦੇ ਆ ਦੋ ਮੋਟਰਾਂ ਲੱਗੀਆਂ ਹੁੰਦੀਆਂ ਜਿਹਦੇ ਵਿੱਚ ਬਰਾਬਰ ਠੀਕ ਹੈ ਜੀ ਅਗਲਾ ਕੁਐਸਚਨ ਕਰਦੇ ਆਂਗੇ ਆਪਾਂ ਇਹਦੇ ਵਿੱਚ ਲਿਖਿਆ ਜੇਕਰ ਡੀਸੀ ਮੋਟਰ ਦੀ ਸੀਰੀਜ਼ ਮੋਟਰ ਡੀਸੀ ਸੀਰੀਜ਼ ਮੋਟਰ ਲਿਖਿਆ ਰਹੇ ਜੀ ਦੇਖੋ ਤਾਂ ਮਤਲਬ ਇਦਾਂ ਡੀਸੀ ਸੀਰੀਜ਼ ਮੋਟਰ ਆ ਬਣੀ ਹੋਈ ਹੈਗੀ ਕਰਦੇ ਸਮੇਂ ਖੇਤਰ ਕੋਇਲ ਖੁੱਲ ਜਾਵੇ ਖੇਤਰ ਕੋਇਲ ਦਾ ਮਤਲਬ ਫੀਲਡ ਕੋਇਲ ਆ ਖੁੱਲ ਗਈ ਇੱਥੋਂ ਇੱਥੋਂ ਕੱਟੀ ਗਈ ਰਜੇ ਖੁੱਲ ਗਈ ਮਤਲਬ ਇਹ ਓਪਨ ਸਰਕਟ ਹੋ ਗਈ ਕਿਸੇ ਕਾਰਨ ਕਰਕੇ ਇੱਥੋਂ ਤੇ ਜੇ ਓਪਨ ਹੋ ਗਈ ਤਾਂ ਕੀ ਹੋਊਗਾ ਕਹਿੰਦਾ ਕੋਇਲ ਖੁੱਲ ਜਾਵੇ ਤਾਂ ਮੋਟਰ ਕੀ ਹੋਏਗੀ ਦੇਖੋ ਰਜੇ ਜਦੋਂ ਇਹ ਖੁੱਲ ਗਈ ਕੋਇਲ ਉਸ ਵੇਲੇ ਕੀ ਹੋਊਗਾ ਕਰੰਟ ਜਾਣਾ ਹੀ ਸਾਡਾ ਬੰਦ ਹੋ ਜਾਊਗਾ ਇੱਥੋਂ ਜੇ ਕਰੰਟ ਨਹੀਂ ਜਾਊਗਾ ਮੋਟਰ ਦੇ ਵਿੱਚ ਕੀ ਹੋਊ ਮੋਟਰ ਖੜ ਜੂਗੀ ਸਾਡੀ ਸਹੀ ਆਂਸਰ ਆਏਗਾ ਤੇ ਜੇ ਕਿਤੇ ਇਹੀ ਕੁਐਸਚਨ ਆ ਜਾਵੇ ਤੇ ਉੱਥੇ ਲਿਖਿਆ ਹੋਇਆ ਵੀ ਸ਼ੰਟ ਮੋਟਰ ਦਾ ਜਿਹੜਾ ਫੀਲਡ ਕੋਇਲ ਹੋ ਖੁੱਲ ਜਾਵੇ ਆ ਫੀਲਡ ਕੋਇਲ ਆ ਤੇ ਫੀਲਡ ਕੋਇਲ ਅਚਾਨਕ ਸਾਡਾ ਖਤਮ ਹੋ ਜਾਵੇ ਫੀਲਡ ਕੋਇਲ ਸਾਡੇ ਕੋਲੇ ਜਿਹੜੀ ਵੋਲਟੇਜ ਆ ਗਈ ਉਹ ਦੇਖੋ ਆਰਮਚਰ ਨੂੰ ਤਾਂ ਲਗਾਤਾਰ ਮਿਲ ਰਹੀ ਹੋਊਗੀ ਨਾ ਜੇ ਆ ਖਤਮ ਹੋ ਗਿਆ ਤਾਂ ਸਾਡੀ ਫਲਕਸ ਜਿਹੜੀ ਸਾਡੀ ਉਹ ਕੀ ਹੋ ਜਾਊਗੀ ਜ਼ੀਰੋ ਹੋ ਜਾਊਗੀ ਜ਼ੀਰੋ ਤਾਂ ਸਪੀਡ ਸਾਡੀ ਹੁੰਦੀ ਹੈ ایਬੀ ਵਟੇ ਫਲਕਸ ਜਦੋਂ ਫਲਕਸ ਜ਼ੀਰੋ ਹੋ ਗਈ ਤਾਂ ਐਨੀਥਿੰਗ ਅਪਾਨਡ ਜ਼ੀਰੋ ਇਕੁਅਲ ਟੂ ਇਨਫਿਨਟੀ ਹੁੰਦਾ ਟੋਰੀ ਜਿਹੜੀ ਸਪੀਡ ਹੋਊਗੀ ਉਹ ਸ਼ੰਟ ਮੋਟਰ ਦੀ ਸਪੀਡ ਬਹੁਤ ਜ਼ਿਆਦਾ ਵੱਧ ਜੂ ਜੇ ਕਦੇ ਵੀ ਆਪਣਾ ਫੀਲਡ ਵਾਈਂਡਿੰਗ ਓਪਨ ਹੋ ਕੜੀ ਸੀਰੀਜ਼ ਮੋਟਰ ਦੇ ਵਿੱਚ ਇਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਸੀਰੀਜ਼ ਮੋਟਰ ਜਿਹੜੀ ਉਹ ਖੜ ਜੇਗੀ ਡੀਸੀ ਮੋਟਰ ਵਿੱਚ ਆਕੂਰਣ ਦੇ ਸਨੁਪਾਤੀ ਹੁੰਦੇ ਹਨ ਆਕੂਰਣ ਮਤਲਬ ਟਾਰਕ ਟਾਰਕ ਮਤਲਬ 5 IA ਆ ਦੋਨੇ ਚੀਜ਼ਾਂ ਡਿਪੈਂਡ ਕਰਦੀਆਂ ਨਾ ਜਿਹੜੀ ਸਾਡੀ ਟਾਰਕ ਹੁੰਦੀ ਹੈਗੀ ਤਾਰ ਵਿਚਰਤਾਰਾ ਕੱਲੀ ਨਹੀਂ ਆਏਗੀ ਨਾ ਫਲਕਸ ਕੱਲੀ ਆਏਗੀ ਦੋਨੇ ਚੀਜ਼ਾਂ ਆਉਣਗੀਆਂ ਆਹ ਠੀਕ ਹੈ ਜੀ ਗਤੀ ਨਾਲ ਨਹੀਂ ਇਹਦਾ ਕੋਈ ਰਿਲੇਸ਼ਨ ਹੁੰਦਾ ਅਗਲਾ ਦੇਖ ਲਓ ਜੀ ਕੁਐਸਚਨ ਕਹਿੰਦਾ 230 ਬੋਲ ਡੀਸੀ ਮੋਟਰ ਦਾ ਪ੍ਰਤੀਰੋਧ ਇੰਨਾ ਹੈ ਠੀਕ ਹੈ ਇਹ ਆਰਮੇਚਰ ਦਾ ਹੈਗਾ 0 ਭਾਰ ਤੇ ਪੂਰਨ ਭਾਰ ਵਿੱਚ ਮੋਟਰ 4 ਨੋ ਲੋਡ ਦੇ ਉੱਪਰ 4 ਐਂਪੀਅਰ ਘੰਟ ਲੈਂਦੀ ਹੈਗੀ ਤੇ ਫਿਰ ਉਹ 30 ਲੈਣ ਲੱਗ ਜਾਂਦੀ ਹੈ ਕਹਿੰਦਾ 0 ਭਾਰ ਤੋਂ ਲੈ ਕੇ ਪੂਰਨ ਭਾਰ ਤੱਕ ਬਿਜਲੀ ਬਾਹਕ ਦੇ ਵਿੱਚ ਪਰਵਰਤਨ ਦੱਸੋ ਜੀ ਤਾਂ ਮਤਲਬ ਆਪਾਂ EB1 ਕੱਢਣਾ ਹੈ ਜੇ ਪਹਿਲਾਂ EB1 ਕੱਢਣਾ ਫਿਰ EB2 ਕੱਢਣਾ ਇਹਨਾਂ ਦੋਨਾਂ ਦੇ ਵਿੱਚ ਫਰਕ ਦੱਸਣਾ ਕਿੰਨਾ ਆਊਗਾ EB1 ਹੈਗਾ -V -IARA ਪਹਿਲਾਂ ਇਹ ਕੱਢਾਂਗੇ ਆਪਾਂ નો ਲੋਡ ਦੇ ਉੱਪਰ ਫਿਰ ਆਪਾਂ ਕੱਢਾਂਗੇ ਸੇਮ ਫਾਰਮੂਲਾ I A R A ਫੁੱਲ ਲੋਡ ਦੇ ਉੱਪਰ નો ਲੋਡ ਦੇ ਵਿੱਚ ਕਰੰਟ ਦੇਖੋ ਰੈਜ਼ਿਸਟੈਂਸ ਸਾਡਾ ਹਮੇਸ਼ਾ ਬਰਾਬਰ ਰਹਿੰਦਾ ਹੁੰਦਾ ਹੈਗਾ ਤਾਂ ਇੱਥੇ ਸਾਡੇ ਕੋਲੇ ਵੋਲਟੇਜ ਕਿੰਨੀ ਦਿੱਤੀ ਹੋਏ 230 ਤਾਂ 230 I A ਦੀ ਵੈਲਿਊ ਸਾਡੀ ਕਿੰਨੀ ਆ 4 ਐਮਪੀਅਰ ਆ ਪਹਿਲਾਂ ਤਾਂ 4 ਨੂੰ ਜਦੋਂ ਆਪਾਂ 6 ਨਾਲ ਕਰਾਂਗੇ 6 ਕਿਉਂਕਿ ਆ ਗੁਣਾ ਕਰ ਰਹੇ ਆ ਨਾ ਦੋਨਾਂ ਨੂੰ ਤਾਂ 6 ਚੋ 4 24 ਮਤਲਬ 2.4 ਆ ਜਾਊਗਾ ਕਿਉਂਕਿ ਇੱਕ ਪੁਆਇੰਟ ਛੱਡ ਗਿਆ ਆਪਾਂ ਇੱਕ ਅੱਖਰ ਛੱਡ ਗਿਆ ਆਪਾਂ ਪੁਆਇੰਟ ਲਾਉਣਾਗਾ ਤੇਰੇ ਵਿੱਚ 2.4 ਮਾਈਨਸ ਕਰੋ ਰਜੇ ਜੀ ਆਪਾਂ ਇਹ ਆਊਗਾ 227.6 ਵੋਲਟ ਇਹ ਹੈਗੀ ਆ ਨੋ ਲੋਡ ਦੇ ਉੱਪਰ ਫੁੱਲ ਲੋਡ ਤੇ ਦੇਖ ਲੈਣੇ ਆਂਗੇ ਆਪਾਂ 230 ਮਾਈਨਸ IA ਦੀ ਵੈਲਿਊ ਸਾਡੀ ਕਿੰਨੀ ਆ 30 30 ਨੂੰ ਜੇ ਆਪਾਂ 6 ਨਾਲ ਕਰਾਂਗੇ 18 ਇਹ ਆਜੂਗਾ ਸਾਡਾ 180 ਆਉਂਦਾ ਸੀਗਾ ਪਿੱਛੇ ਇੱਕ ਪੁਆਇੰਟ ਹਟਾਤਾ ਜੇ ਆਪਾਂ 18 ਮਾਈਨਸ ਕੀਤੇ ਸਾਡੇ ਕੋਲ ਇਹ ਕਿੰਨਾ ਆਊਗਾ 18 ਜੇ ਆਪਾਂ ਮਾਈਨਸ ਕਰਾਂਗੇ ਇਹ ਆਊਗਾ 218 ਨਹੀਂ 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 212 ਵੇਰਾ ਸਾਡਾ ਇਹਦਾ ਅਨਸਰ ਆਊਗਾ 212 ਆਊ ਕਿਉਂਕਿ 212 ਦੇ ਵਿੱਚ 8 ਕੀਤੇ ਆਪਣੇ ਕੋਲ 220 ਆ ਗਿਆ 230 ਤੇ 212 ਵੋਲਟ ਆ ਗਿਆ ਤੇ 212 ਇੱਥੇ ਹੈਗਾ 227 ਇੱਥੇ ਸੀ ਇਹਨਾਂ ਦੋਨਾਂ ਦੇ ਵਿੱਚ ਫਰਕ ਦੇਖ ਲਓ 227.6 ਦੇ ਵਿੱਚੋਂ ਮਾਈਨਸ ਕਰ ਦੋ राजे 212.0 ਦੇਖ ਲਓ ਆ 6 ਆ ਗਿਆ 5 ਆ ਗਿਆ 2 1 ਆ ਗਿਆ ਤੇ 15.6 ਆ ਦੇਖੋ राजे ਬੀ ਅਨਸਰ ਪਿਆ ਇਹਦਾ ਦੇ ਆ ਨਾ ਸੁਣਿਓ ਨੇ ਕੀ ਕਿਆ ਸੀ ਜ਼ੀਰੋ ਭਾਰ ਤੋਂ ਪੂਰਨ ਭਾਰ ਤੱਕ ਵਿਰੋਧੀ ਬਿਜਲੀ ਬਾਹਕ ਬਲ ਵਿੱਚ ਪਰਿਵਰਤਨ ਬਿਜਲੀ ਬਾਹਕ ਮਤਲਬ ਬੈਕ ਇਮ ਆਫ ਵਿੱਚ ਜਿਹੜਾ ਪਰਿਵਰਤਨ ਕਿੰਨਾ ਆਇਆਗਾ ਉਹ ਪੁੱਛ ਰਿਆ ਸੀਗਾ ਸਾਤੋਂ ਕਲੀਅਰ ਹੋ ਗਈ ਜੀ ਗੱਲ ਇਹ ਤਾਂ ਬੀ ਆਨਸਰ ਆਊਗਾ ਇਹਦਾ ਅਗਲਾ ਕੁਐਸਚਨ ਦੇਖ ਲਓ ਜੀ ਅਗਲੇ ਅਗਲੇ ਕੁਐਸਚਨ ਤੋਂ ਪਹਿਲਾਂ ਆਹ ਤੁਹਾਡੀ ਨਿਗਾਹ ਚੜ ਰਿਆ ਹੋਊਗਾ ਲਗੂ ਛੰਡ ਸਿੰਚਾਈ ਆ ਪਤਾ ਨਹੀਂ ਕੀ ਦਿੱਤਾ ਪਿਆ ਰਾਜੇ ਇਹ ਨੂੰ b ਨਾਲ ਕੀਤਾ ਪਿਆ c ਨੂੰ a ਨਾਲ ਕੀਤਾ ਪਿਆ ਇਹਦੀ ਕੋਈ ਤੋ ਗਵੰਦੀ ਨਹੀਂ ਹੈ ਕੋਈ ਡਾਇਗਰਾਮ ਦੇ ਦਿੰਦਾ ਸਾਨੂੰ ਇੱਥੇ a ਲਿਖ ਦਿੰਦਾ ਇੱਥੇ b ਲਿਖ ਦਿੰਦਾ ਇੱਥੇ ਸਾਨੂੰ c1 ਲਿਖ ਦਿੰਦਾ dc2 d1 ਲਿਖ ਦਿੰਦਾ ਫਿਰ ਨਿਕਲ ਜਾਂਦਾ ਕੁਐਸਚਨ ਆ ਹੁਣ ਅੱਖਾਂ ਵਿੱਚ ਕੀ ਨੂੰ a ਮੰਨੀਏ ਕੀ ਨੂੰ b ਮੰਨੀਏ ਸਾਨੂੰ ਕੁਝ ਨਹੀਂ ਪਤਾ ਗਲਤ ਕੁਐਸਚਨ ਹੈਗਾ ਇਹ ਠੀਕ ਹੈ ਅਗਲਾ ਕੁਐਸਚਨ ਦੇ ਵਿੱਚ ਸਾਨੂੰ ਪੁੱਛਿਆ ਅਗਲੇ ਕੁਐਸਚਨ ਵਿਦ ਅਗਲੇ ਕੁਐਸਚਨ ਦੇ ਵਿੱਚ ਸਾਨੂੰ ਪੁੱਛਿਆ ਗਿਆਗਾ ਕਿ ਡੀਸੀ ਮਸ਼ੀਨ ਦੇ ਵਿੱਚ ਹਿਸਟੈਰਸਿਸ ਹਾਨੀਆਂ ਦਾ ਫਾਰਮੂਲਾ ਹੇਠ ਲਿਖੇ ਅਨੁਸਾਰ ਹੈ ਜਿਹੜਾ ਇਹ ਫਾਰਮੂਲਾਗਾ ਇਨੋਸਿਸਟੀਨ ਮੈਟਸ ਫਾਰਮੂਲਾ ਕਹਿੰਦੇ ਆਗੇ ਜਿਹੜਾ ਸਾਰਾ ਲਿਖਿਆ ਹੋਇਆਗਾ ਤੁਹਾਡੇ ਸਾਹਮਣੇ ਜਿਹੜਾ ਇਹ ਫਾਰਮੂਲਾਗਾ ਇਹਦੇ ਵਿੱਚ ਪੁੱਛ ਰਿਹਾ ਕਿ ਸੂਤਰ ਵਿੱਚ ਵੀ ਕੀ ਹੈ ਜਿਹੜਾ ਪਿਛਲੇ ਪਾਸੇ ਵੀ ਨਹੀਂ ਲਿਖਿਆ ਹੋਇਆਗਾ ਜ਼ਿਆਦਾਤਰ ਅਸੀਂ ਸਮਝਦੇ ਆ ਵੀ ਵੀ ਫਾਰ ਵੋਲਟੇਜ ਹੀ ਹੁੰਦਾਗਾ ਪਰ ਇਹ ਦੇ ਵਿੱਚ ਵੀ ਫਾਰ ਵੋਲਟੇਜ ਨਹੀਂ ਹੈਗਾ ਇਹਦੇ ਵਿੱਚ ਵੀ ਫਾਰ ਵੋਲਿਊਮ ਆਗਾ ਵੀ ਮਤਲਬ ਇਹਦਾ ਕੀ ਹੈ ਵੀ ਜਿੰਦੀ ਵੱਡੀ ਕੋਰ ਦਾ ਵੋਲਿਊਮ ਕੀ ਹੁੰਦਾਗਾ ਵੀ ਜਿੰਨੀ ਵੱਡੀ ਕੋਰ ਹੋਊ ਸਾਈਜ਼ ਦੇ ਵਿੱਚ ਕੋਰ ਜਿੰਦੀ ਵੱਡੀ ਹੋਊਗੀ ਓਨੀਆਂ ਸਾਡੇ ਜਿਹੜੀਆਂ ਹਾਨੀਆਂ ਸਾਨੀਆਂ ਹੋਣਗੀਆਂ ਉਹ ਵੱਧ ਹੋਣਗੀਆਂ ਵੀ ਵੋਲਿਊਮ ਦੇ ਵਧਣ ਦੇ ਨਾਲ ਸਾਡੀਆਂ ਹਾਨੀਆਂ ਨੇ ਜਿਹੜੀਆਂ ਉਹ ਵਧਣਗੀਆਂ ਤਾਂ ਕੋਰ ਕਰੋੜ ਨਹੀਂ ਹੈਗਾ ਕੋਰ ਦਾ ਘਣ ਮੀਟਰ ਵਿੱਚ ਆਇਤਨ ਆਏਗਾ B ਆਨਸਰ ਆਏਗਾ ਵੇਗ ਹੁੰਦਾ ਕੱਲਾ ਏਰੀਆ ਤੇ ਸਪਲਾਈ ਵੋਲਟੇਜ ਹੈ ਨਹੀਂ ਇਹ ਤਾਂ ਇਹਦਾ B ਆਨਸਰ ਆਏਗਾ राजे ਠੀਕ ਹੈ ਜੀ ਅਗਲਾ ਕੁਐਸ਼ਚਨ ਵੱਲ ਵਧਦੇ ਆਂਗੇ ਆਪਾਂ ਅਗਲੇ ਕੁਐਸ਼ਚਨ ਦੇ ਵਿੱਚ ਨਿਮਨ ਅਤੇ ਉੱਚ ਵੋਲਟੇਜ ਡੀਸੀ ਮਸ਼ੀਨਾਂ ਵਿੱਚ ਘੱਟ ਵੋਲਟੇਜ ਤੇ ਵੱਧ ਵੋਲਟੇਜ ਵਾਲੇ ਮਸ਼ੀਨਾਂ ਦੇ ਵਿੱਚ ਬ੍ਰਸ਼ ਸੰਪਰਕ ਹਾਨੀਕਰਮ ਵਾਰ ਲਗਭਗ ਵੀ ਵੱਧ ਤੋਂ ਵੱਧ ਕਿੰਨੀ ਕੁ ਹੋ ਸਕਦੀ ਹੈਗੀ ਜਿਹੜੀਆਂ ਘੱਟ ਵੋਲਟੇਜ ਵਾਲੀਆਂ ਨੇ ਉਹਦੇ ਵਿੱਚ ਕਿੰਨੀ ਹੋਊਗੀ ਵੱਧ ਤੋਂ ਵੱਧ ਵੋਲਟੇਜ ਕਿੰਨੀ ਹੋਊਗੀ ਤਾਂ ਇਹਦਾ ਜਿਹੜਾ ਆਨਸਰ ਆਏਗਾ ਉਹ ਆਏਗਾ 3 ਵੋਲਟ ਹੁੰਦਾ ਜੀ ਘੱਟ ਛੋਟੀਆਂ ਮਸ਼ੀਨਾਂ ਵਾਸਤੇ ਤੇ 6 ਵੋਲਟ ਹੁੰਦਾ ਵੱਡੀਆਂ ਮਸ਼ੀਨਾਂ ਵਾਸਤੇ ਤਾਂ ਇਹ ਆਨਸਰ ਹੈਗਾ ਇਹਦਾ ਮਤਲਬ ਬਰਸ਼ ਦੇ ਉੱਪਰ ਜਿਹੜਾ ਡ੍ਰੌਪ ਹੁੰਦਾ ਹੈਗਾ ਵੀ ਸਾਡੇ ਆਰਮੇਚਰ ਦੇ ਵਿੱਚ ਪਹਿਲਾਂ ਆਰਮੇਚਰ ਦੇ ਵਿੱਚ ਮੰਨ ਲਓ 220 ਵੋਲਟ ਬਣ ਗਈ ਠੀਕ ਹੈ ਸਭ ਤੋਂ ਪਹਿਲਾਂ ਡ੍ਰੌਪ ਹੋਊਗਾ ਜਿਹੜਾ ਉਹ ਕਿਹੜਾ ਡ੍ਰੌਪ ਹੋਊਗਾ ਜਿਹੜੇ ਇਹਦੇ ਅੰਦਰਲੇ ਪਾਸੇ ਆਈਏਆਰਏ ਡ੍ਰੌਪ ਮਤਲਬ ਆਰਮੇਚਰ ਦੀ ਰੈਜ਼ਿਸਟੈਂਸ ਕਰਕੇ ਜਿਹੜੀ ਵੋਲਟੇਜ ਮਾੜੀ ਮੋਟੀ ਘੱਟ ਹੋਊਗੀ ਉਹ 5 ਵੋਲਟ 7 ਵੋਲਟ 8 ਵੋਲਟ ਲਗਭਗ ਇੰਨੀ ਹੋਊਗੀ ਤਾਂ ਸਾਡੇ ਕੋਲੇ ਮੰਨ ਲਓ ਵੀ ਇਹਦੇ ਪਿੱਛੇ ਸਾਡੇ ਕੋਲੇ 212 ਵੋਲਟ ਰਹਿ ਗਈ ਇੱਥੇ ਜਦੋਂ ਆਰਮੇਚਰ ਦੇ ਵਿੱਚੋਂ ਬਾਹਰ ਨਿਕਲੀ ਉਹ 212 ਸੀਗੀ ਉਦੋਂ ਬਾਅਦ ਜਿਹੜਾ ਸਾਡਾ ਕਮੋਡੇਟਰ ਦੇ ਉੱਪਰਲੇ ਪਾਸੇ ਆ ਬਰਸ਼ ਪਏ ਨੇਗੇ ਇਹ ਬਰਸ਼ਾਂ ਦੀ ਆਪਣੀ ਕੋਈ ਨਾ ਕੋਈ ਰਿਸਿਸਟੈਂਸ ਹੋਵੇਗੀ ਜਦੋਂ ਇਹਦੇ ਵਿੱਚ ਦੀ ਕਰੰਟ ਲੰਗੇਗਾ ਤਾਂ ਲਗਭਗ 3 ਕ ਵੋਲਟ ਦਾ ਡ੍ਰੌਪ ਸਾਡਾ 1.5 ਵੋਲਟ ਉੱਪਰ ਤੇ 1.5 ਵੋਲਟ ਹੇਠਾਂ ਤਾਂ 3 ਕ ਵੋਲਟ ਦਾ ਡ੍ਰੌਪ ਸਾਡਾ ਇੱਥੇ ਹੋ ਜਾਏਗਾ ਤਾਂ 212 ਦੇ ਵਿੱਚੋਂ 3 ਘਟਾਵਾਂਗੇ ਸਾਡੇ ਬਾਹਰਲੇ ਪਾਸੇ ਜਿਹੜੀ ਵੋਲਟੇਜ ਪਹੁੰਚੂਗੀ ਕਿਸੇ ਜਨਰੇਟਰ ਦੇ ਕੇਸ ਦੇ ਵਿੱਚ ਜੇ ਆਪਾਂ ਗੱਲ ਕਰਨੀ ਹੈ ਜਿਹੜੀ ਬਾਹਰਲੇ ਪਾਸੇ ਵੋਲਟੇਜ ਪਹੁੰਚੂਗੀ ਉਹ ਸਿਰਫ ਔਰ ਸਿਰਫ 209 ਵੋਲਟ ਪਹੁੰਚੂਗੀ ਤਾਂ ਜਿਹੜੀਆਂ ਛੋਟੀਆਂ ਮਸ਼ੀਨਾਂ ਦੇ ਵਿੱਚ 3 ਵੋਲਟ ਦਾ ਡ੍ਰੌਪ ਹੁੰਦਾ ਜਿਹੜੀਆਂ ਵੱਡੀਆਂ ਮਸ਼ੀਨਾਂ ਦੇ ਵਿੱਚ 6 ਵੋਲਟ ਦਾ ਡ੍ਰੌਪ ਹੁੰਦਾ ਹੈਗਾ ਓਕੇ ਜੀ ਕਲੀਅਰ ਹੋ ਗਈ ਦੀ ਗੱਲ ਇਹ ਅਗਲੇ ਕੁਐਸਚਨ ਦੇ ਵਿੱਚ ਇਹਨੇ ਕਿਹਾ ਡੀਸੀ ਮੋਟਰ ਵਿੱਚ ਵਿੱਚ ਹੁੰਦੀ ਹੈ ਡੀਸੀ ਮੋਟਰ ਵਿੱਚ ਹੁੰਦੀ ਹੈ ਕੀ ਹੁੰਦੀ ਹੈ ਕਾਪਰ ਹਾਨੀਆਂ ਹੁੰਦੀਆਂ ਨੇਗੀਆਂ ਜਿਹੜੀ ਵਾਈਂਡਿੰਗ ਹੋਏਗੀ ਵਾਈਂਡਿੰਗ ਦੇ ਵਿੱਚ ਜਦੋਂ ਕਰੰਟ ਲੰਗੇਗਾ ਉਹ ਸਾਰੀਆਂ ਵਾਈਂਡਿੰਗਾਂ ਦੇ ਹਾਨੀਆਂ ਨੂੰ ਅਸੀਂ ਕਾਪਰ ਹਾਨੀਆਂ ਕਹਿੰਨੇ ਆ ਚਾਹੇ ਉਹ ਹਾਨੀਆਂ ਹੋਣ ਸਾਡੇ ਸ਼ੰਟ ਫੀਲਡ ਦੀਆਂ ਚਾਹੇ ਉਹ ਹਾਨੀਆਂ ਹੋਣ ਸਾਡੇ ਆਰਮੇਚਰ ਦੇ ਵਿੱਚ ਜਿਹੜੀ ਵਾਈਂਡਿੰਗ ਪਾਈ ਹੈਗੀ ਤਾਂ ਕਾਪਰ ਹਾਨੀਆਂ ਹੁੰਦੀਆਂ ਲੋਹ ਹਾਨੀਆਂ ਤਾਂ ਕੋਰ ਵੀ ਹੁੰਦੀ ਹੈਗੀ ਮੋਟਰ ਦੇ ਵਿੱਚ ਤਾਂ ਕੋਰ ਵਾਲੀਆਂ ਹਾਨੀਆਂ ਲੋਹ ਹਾਨੀਆਂ ਵੀ ਹੋਣਗੀਆਂ ਆਇਰਨ ਲਾਸ ਜਿਹਨੂੰ ਅਸੀਂ ਕਹਿੰਦੇ ਆ ਯਾਂਤ੍ਰਿਕ ਯਾਂਤ੍ਰਿਕ ਦਾ ਮਤਲਬ ਮਕੈਨੀਕਲ ਲਾਸਿਸ ਮਕੈਨੀਕਲ ਲਾਸਿਸ ਮਤਲਬ ਜਿਹੜੇ ਘਰਸ਼ਨ ਕਰਕੇ ਜਿਹੜੇ ਲਾਸ ਹੁੰਦੇ ਹੈਗੇ ਜਿਵੇਂ ਆਪਾਂ ਵਿੰਡੇ ਲਾਸ ਦੀ ਗੱਲ ਕੀਤੀ ਸੀਗੀ ਤਾਂ ਇਹ ਵੀ ਹੁੰਦੀਆਂ ਤਾਂ ਸਾਰੀਆਂ ਹੀ ਹੁੰਦੀਆਂ ਨੇ ਜੀ ਉੱਪਰ ਲਿਆਂ ਚੋ ਠੀਕ ਹੈ ਜੀ ਅਗਲਾ ਕੁਐਸਚਨ ਦੇ ਵਿੱਚ ਲਿਖਿਆ ਹੋਇਆ ਵੀ ਡੀਸੀ ਮੋਟਰ ਵਿੱਚ ਮੁੱਖ ਧਰੁਵਾਂ ਤੋਂ ਉਤਪੰਨ ਫਲਕਸ ਲਈ ਮਾਰਗ ਪ੍ਰਸ਼ਸਤ ਕਰਨ ਦਾ ਕਾਰਜ ਕਰਦਾ ਹੈ ਜਿਹੜੇ ਮੁੱਖ ਤਰੋਬਾਂ ਦੇ ਵਿੱਚ ਜਿਹੜੀ ਮੁੱਖ ਤਰੋਬ ਮਤਲਬ ਜਿਹੜੇ ਮੇਨ ਪੋਲ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਕਾਰਜਾ ਜਿਹੜਾ ਫਲਕਸ ਨੂੰ ਘਮਾਉਣ ਦਾ ਕੰਮ ਕੌਣ ਕਰਦੀ ਆ ਉਹ ਯੋਗ ਕਰਦੀ ਆ ਆਪਾਂ ਪਹਿਲਾਂ ਵੀ ਪੜ ਚੁੱਕੇ ਆਂਗੇ ਇਹ ਗੱਲ ਉੱਥੇ ਆਪਾਂ ਨੂੰ ਪੁੱਠਾ ਪੁੱਛਿਆ ਵੀ ਯੋਗ ਕੀ ਕੰਮ ਕਰਦੀ ਆ ਯੋਗ ਤਾਂ ਲਿਖਿਆ ਹੋਇਆ ਸੀ ਵੀ ਕੀ ਕਰਦੀ ਆ ਕਿ ਉਹ ਜਿਹੜੇ ਮੁੱਖ ਤਰੋਬ ਹੁੰਦੇ ਆ ਉਹਨਾਂ ਤੋਂ ਫਲਕਸ ਨੂੰ ਮਾਰਗ ਪ੍ਰਸ਼ਾਸਕ ਦਾ ਕੰਮ ਕਰਦੀ ਆਗੀ ਵੈਸੇ ਪ੍ਰਦਰਸ਼ਨ ਹੋਣਾ ਚਾਹੀਦਾ ਸੀ ਚਲੋ ਕੋਈ ਗੱਲ ਨਹੀਂ ਠੀਕ ਹੈ ਬੱਚਿਓ ਨੈਕਸਟ ਕੁਐਸਚਨ ਦੇ ਵਿੱਚ ਲਿਖਿਆ ਹੈ ਵੀ ਫਲਕਸ ਪਰਿਵਰਤਨ ਵਿਧੀ ਦੁਆਰਾ ਮਤਲਬ ਜੇ ਅਸੀਂ ਫਲਕਸ ਨੂੰ ਚੇਂਜ ਕਰੀਏ ਤਾਂ ਡੀਸੀ ਸ਼ੰਟ ਮੋਟਰ ਦੀ ਗਤੀ ਨੂੰ ਕੀ ਕੀਤਾ ਜਾ ਸਕਦਾ ਕਿਹਾਸ ਪਾਵਰ ਸਥਿਰ ਰਹਿੰਦੀ ਹੈ ਅਕੂਰਨ ਸਿਰ ਰਹਿੰਦਾ ਹੈ ਜਦੋਂ ਆਪਾਂ ਕਦੇ ਵੀ ਫਲਕਸ ਨੂੰ ਆਪਾਂ ਕੰਟਰੋਲ ਕਰਦੇ ਆਂਗੇ ਫਲਕਸ ਕੰਟਰੋਲ ਕਰਨ ਦੇ ਨਾਲ ਹੁੰਦਾ ਕੀ ਹੈ ਦੇਖੋ ਬੱਚੇ ਮੰਨ ਲਓ ਆ ਸਾਡੇ ਕੋਲੇ ਇੱਧਰ ਹੈਗਾ ਫੀਲਡ ਇੱਧਰ ਸਾਡੇ ਕੋਲੇ ਹੈਗਾ ਆਰਮੇਚਰ ਠੀਕ ਹੈ ਜੀ ਐਦਾਂਗਾ ਜੇ ਤਾਂ ਆਪਾਂ ਫਲਕਸ ਵਾਲੇ ਪਾਸੇ ਇੱਧਰ ਕੋਈ ਨਾ ਕੋਈ ਰੈਜ਼ਿਸਟੈਂਸ ਲਗਾਵਾਂਗੇ ਤਰ ਜਿਸਨੂੰ ਚਾਹੇ ਆਪਾਂ ਵਧਾ ਲਈਏ ਚਾਹੇ ਰੈਜ਼ਿਸਟੈਂਸ ਘਟਾ ਲਈਏ ਤਰ ਰੈਜ਼ਿਸਟੈਂਸ ਦੇ ਵਧਾਉਣ ਘਟਾਉਣ ਦੇ ਨਾਲ ਕੀ ਹੋਏਗਾ ਆਹ ਜਿਹੜਾ ਸਰਕਟ ਹੈਗਾ ਇਹਦੇ ਵਿੱਚ ਕਰੰਟ ਦੇ ਵਿੱਚ ਕੋਈ ਫਰਕ ਨਹੀਂ ਪਏਗਾ ਜੇ ਮੋਟਰ ਦੀ ਗੱਲ ਕਰੀਏ ਕਿਉਂਕਿ ਇਹਨੇ ਕਰੰਟ ਉਹੀ ਲੈਣਾ ਜਿਹੜਾ ਇਹਦੇ ਉੱਪਰ ਲੋਡ ਪਿਆ ਜਿੰਨੇ ਦੇ ਉੱਪਰ ਲੋਡ ਪਿਆ ਹੋਇਆ ਉਹਨਾਂ ਨੇ ਕਰੰਟ ਇੱਥੋਂ ਖਿੱਚੀ ਜਾਣਾਗਾ ਜੇ ਆਪਾਂ ਰੈਜ਼ਿਸਟੈਂਸ ਵਧਾਵਾਂਗੇ ਜਾਂ ਘਟਾਵਾਂਗੇ ਆਹ ਸਰਕਟ ਦੇ ਵਿੱਚ ਕਰੰਟ ਵਧੇ ਘਟੇਗਾ ਇਹਨੂੰ ਕੋਈ ਫਰਕ ਨਹੀਂ ਪਏਗਾ अच्छा ਜਿਹੜੀ ਇੱਥੇ ਵੋਲਟੇਜ ਆ ਸਾਡੀ ਇੱਥੇ ਵੋਲਟੇਜ ਦਿੱਤੀ ਹੋਈ ਆ ਉਹ ਵੀ ਸੇਮ ਹੀ ਆਗੀ ਤਾਂ ਇੱਕ ਵੋਲਟੇਜ ਆ ਤੇ ਇੱਕ ਕਰੰਟ ਇਹ ਦੋਨੇ ਚੀਜ਼ਾਂ ਸੇਮ ਰਹਿਣੀਆਂ ਕਿਉਂਕਿ ਫਲਕਸ ਤਾਂ ਬਦਲੇਗੀ ਦੇਖੋ ਪਰ ਵੋਲਟੇਜ ਤੇ ਕਰੰਟ ਸੇਮ ਰਹਿਣਗੇ ਤੇ ਵੋਲਟੇਜ ਕਰੰਟ ਫਾਰਮੂਲਾ ਕਾਹਦਾ ਹੁੰਦਾ ਪਾਵਰ ਦਾ ਤਾਂ ਪਾਵਰ ਸਥਿਰ ਰਹਿੰਦੀ ਹੈਗੀ ਇਹ ਗੱਲ ਅਸੀਂ ਧਿਆਨ ਰੱਖਣੀ ਆਗੀ ਠੀਕ ਹੈ ਜੀ ਚਲੋ ਹੀਟ ਲੀਖਿਆ ਮੋਟਰਾਂ ਵਿੱਚੋਂ ਗਤੀ ਲਗਭਗ ਸਥਿਰ ਰਹਿੰਦੀ ਹੈ ਕਿਹੜੀ ਮੋਟਰ ਦੀ ਸਥਿਰ ਰਹਿੰਦੀ ਆ राजे ਦੱਸਣ ਦੀ ਲੋੜ ਹੈਗੀ ਹੈਗੀ ਬਾਰ ਬਾਰ ਇੱਕ ਹੀ ਕੁਐਸਚਨ ਨੂੰ ਠੀਕ ਹੈ ਅਗਲੀ ਹੈਗੇਗਾ ਇੱਕ 250 ਵੋਲਟ ਡੀਸੀ ਸ਼ੰਟ ਮੋਟਰ ਦੇ ਵਿੱਚ ਪੂਰ ਲੋਡ ਐਂਏ ਐਂਪੀਅਰ ਦੀ ਧਾਰਾ ਹੈ ਜੇਕਰ ਮੋਟਰ ਆਰਮੇਚ ਸ਼ੰਟ ਕੋਇਲਾਂ ਦਾ ਪ੍ਰਤੀਰੋਧ ਇੰਨਾ ਹੈ ਤਾਂ ਸ਼ੰਟ ਧਾਰਾ ਦਾ ਮਾਣ ਦੱਸੋ ਜੀ ਤਾਂ ਸ਼ੰਟ ਦੇ ਵਿੱਚ ਦੱਸਣਾ ਜੀ ਕਰੰਟ ਕਿੰਨਾ ਹੋ ਸਿੱਧੀ ਜੀ ਗੱਲ ਆ ਕਿ ਰਾਜੇ ਆਪਾਂ ਪਹਿਲਾਂ ਤਾਂ ਸ਼ੰਟ ਮੋਟਰ ਬਣਾ ਲਓ ਆਪਾਂ ਵੀ ਇੱਕ ਲੱਗੀ ਹੋਈ ਹੈਗੀ ਸ਼ੰਟ ਫੀਲਡ ਵਾਈਂਡਿੰਗ ਇੱਕ ਲੱਗਿਆ ਹੋਇਆ ਹੈਗਾ ਇੱਥੇ ਸਾਡੇ ਕੋਲੇ ਐਦਾਂ ਹੁਣ ਮੋਟਰ ਕਹਿ ਰਿਹਾ ਜਨਰੇਟਰ ਕਹਿ ਰਿਹਾ ਮੋਟਰ ਕਹਿ ਰਿਹਾ ਤਾਂ ਮਤਲਬ ਕਰੰਟ ਜਿਹੜਾ ਜਾਊਗਾ ਅੰਦਰ ਜਾਊਗਾ ਵੋਲਟੇਜ ਉਹਨੇ ਦਿੱਤੀ ਹੋਈ ਹੈ ਇੱਥੇ ਕਿੰਨੀ ਵੋਲ ਇਥੇ 250 ਵੋਲਟ ਆ ਰਿਸਿਸਟੈਂਸ ਕਿੰਨੀ ਦਿੱਤੀ ਹੋਏ ਸ਼ੰਟ ਫੀਲਡ ਦੀ ਜੇਕਰ ਆਰਮੇਚਰ ਤੇ ਸ਼ੰਟ ਕੋਇਲਾਂ ਦਾ ਆਹ ਤਾਂ ਹੈਗੀਆਂ ਆਰਮੇਚਰ ਦੀ 0.1 ਓਮ ਤੇ 250 ਓਮ ਹੈਗੀ ਹੈ ਸਾਡੀ ਕਿਹਦੀ 250 ਓਮ ਸਾਡੇ ਹੈਗੀਆਂ ਸ਼ੰਟ ਫੀਲਡ ਦੀ ਰਿਸਿਸਟੈਂਸ ਹੁਣੇ ਕਰੰਟ ਪੁੱਛਿਆ ਕਰੰਟ ਕੀ ਹੋਊਗਾ ਜੀ ਆਹ ਵੋਲਟੇਜ ਨੂੰ ਜਿਹੜੀ ਇੱਥੇ ਵੋਲਟੇਜ ਆ ਗਈ ਉਹ ਹੈਗੀ ਹੈ 250 ਨੂੰ ਡਿਵਾਈਡ ਕਰ ਦਿਓ ਇਹਦੀ ਰਿਸਿਸਟੈਂਸ ਨਾਲ ਰਿਸਿਸਟੈਂਸ ਵੀ 250 ਦਿੱਤੀ ਹੈ ਤਾਂ ਕੱਟ ਕੇ ਸਾਡੇ ਕੋਲ ਕਿੰਨਾ ਆ ਜਾਊਗਾ 1 ਆ ਜੂਗਾ ਤਾਂ ਮਤਲਬ ਸ਼ੰਟ ਦੇ ਵਿੱਚ ਜਿਹੜਾ ਸਾਡੇ ਕੋਲੇ ਕਰੰਟ ਜਾ ਰਿਹਾ ਹੈਗਾ ਉਹ ਕਿੰਨਾ ਜਾ ਰਿਹਾ ਹੈਗਾ ਸਿਰਫ 1 ਐਂਪੀਅਰ ਜਾ ਰਿਹਾ ਹੈਗਾ ਠੀਕ ਹੋ ਗਈ ਜੀ ਗੱਲ ਇਹ ਆਪਾਂ ਸਿੰਪਲ ਕਿਉਂਕਿ ਆਪਣੇ ਕੋਲੇ ਜਿਹੜਾ ਸ਼ੰਟ ਕਰੰਟ ਹੁੰਦਾ ਹੈਗਾ ਆਈ ਐਸ ਐਚ ਉਹਦਾ ਫਾਰਮੂਲਾ ਕੀ ਹੁੰਦਾ ਵੀ ਟੋਟਲ ਵੋਲਟੇਜ ਡਿਵਾਈਡ ਬਾਈ ਰੈਜ਼ਿਸਟੈਂਸ ਰੈਜ਼ਿਸਟੈਂਸ ਹੋਣੀ ਦਿੱਤਾ ਸੀ 250 ਵੋਲਟੇਜ ਯੂਨਿਟਾਈ ਦਿੱਤੀ ਸੀ ਇੱਕ ਆਪਣੇ ਕੋਲੇ 1 ਐਂਪੀਅਰ ਆ ਗਿਆ ਠੀਕ ਹੈ ਜੀ ਇਹੋ ਜਿਹੀ ਕੁਸ਼ਚਨ ਵੱਡੇ ਵੱਡੇ ਯਾਰ ਤੁਹਾਨੂੰ ਕਰਨ ਦੀ ਕੋਈ ਲੋੜ ਨਹੀਂ ਹੈਗੀ ਦੇਖੋ ਜੀ ਕਹਿੰਦਾ ਡੀ ਸੀ ਮੋਟਰ ਵਿੱਚ ਆਰਮੇਚਰ ਨੂੰ ਘੁਮਾਉਣ ਲਈ ਪ੍ਰਯੋਗਤ ਹੋਣ ਆਰਮੇਚਰ ਦੇ ਅੰਦਰ ਕਿੰਨੀ ਪਾਵਰ ਹੋਵੇਗੀ ਪਾਵਰ ਦਾ ਫਾਰਮੂਲਾ ਜਿਹੜਾ ਹੁੰਦਾ ਡੀਸੀ ਮਸ਼ੀਨਾਂ ਵਾਸਤੇ ਉਹ ਵੋਲਟੇਜ ਗੁਣਾ ਕਰੰਟ ਹੁੰਦਾ ਹਨਾ ਆਪਾਂ ਨੂੰ ਪਤਾ ਤਾਂ ਆਪਾਂ ਆਰਮੇਚਰ ਦੇ ਅੰਦਰ ਪੁੱਛਿਆ ਨੇ ਤਾਂ ਆਰਮੇਚਰ ਦੇ ਅੰਦਰ ਵੋਲਟੇਜ ਜਿਹੜੀ ਹੁੰਦੀ ਹੈਗੀ ਆਹ ਵੋਲਟੇਜ ਨਹੀਂ ਹੁੰਦੀ ਹੈਗੀ ਵੀ ਨਹੀਂ ਹੁੰਦੀ ਕਿਉਂਕਿ ਵੀ ਤਾਂ ਹੁੰਦੀ ਹੈ ਜਿਹੜੀ ਅਸੀਂ ਬਾਹਰੋਂ ਦਿੰਨੇ ਆਗੇ ਇੱਥੇ ਹੁੰਦੀ ਹੈ ਵੀ ਤਾਂ ਅੰਦਰਲੇ ਪਾਸੇ ਜਿਹੜੀ ਜਾਂਦੀ ਹੈ ਇੱਥੇ ਫੀਲਡ ਵਾਈਂਡਿੰਗ ਹੁੰਦੀ ਹੈ ਇੱਥੇ ਆਰਮੇਚਰ ਹੁੰਦਾਗਾ ਇਹਦੇ ਅੰਦਰ ਜਿਹੜੀ ਵੋਲਟੇਜ ਆਂਦੀ ਹੈ ਉਹ ਤਾਂ ਹੁੰਦੀ ਹੈ ਈਬੀ ਤੇਰੇ ਅੰਦਰ ਜਿਹੜੀ ਵੋ ਨੇ ਮੇਨ ਕਰੰਟ ਹੋਏਗਾ ਕਿ ਆਰਮਚਰ ਕਰੰਟ ਹੋਏਗਾ ਇੱਥੇ ਆਰਮਚਰ ਕਰੰਟ ਹੋਏਗਾ ਤਾਂ EB IA ਜਿਹੜੀ ਹੁੰਦੀ ਹੈ ਇਹ ਪਾਵਰ ਹੁੰਦੀ ਹੈ ਜੀ ਟੋਟਲ ਆਹਾ ਜਿਹੜੀ ਆਰਮਚਰ ਨੂੰ ਘੁਮਾਉਣ ਵਾਸਤੇ ਹੈਲਪ ਕਰਦੀ ਹੈ ਇਸ ਤੋਂ ਬਾਅਦ ਆਪਾਂ ਡੀਸੀ ਕੰਪਾਊਂਡ ਮੋਟਰ ਨੂੰ ਸਟਾਰਟ ਕਰਨ ਲਈ ਪ੍ਰਯੁਕਤ ਕਰਦੇ ਹਾਂ ਕੀ ਆਪਾਂ ਯੂਜ਼ ਕਰਦੇ ਹਾਂਗੇ ਡੀਸੀ ਕੰਪਾਊਂਡ ਮੋਟਰ ਨੂੰ ਇਹਦੇ ਵਾਸਤੇ ਆਪਣਾ ਆਨਸਰ ਆਊਗਾ ਜੀ ਆਪਣਾ ਚਾਰ ਬਿੰਦੂ ਸਟਾਰਟਰ ਠੀਕ ਹੈ ਜੀ ਹੁਣ ਦੇਖੋ ਪਹਿਲਾਂ ਤਾਂ ਇਹ ਸਟਾਰਟਰ ਦੇਖੋ ਕਿਉਂ ਵਰਤਦੇ ਆਂਗੇ ਆਪਾਂ ਜਿਹੜਾ ਕਰੰਟ ਹੁੰਦਾਗਾ ਆਪਾਂ ਕਰੰਟ ਦਾ ਫਾਰਮੂਲਾ ਪੜਿਆ ਸੀਗਾ ਵੀ ਵੋਲਟੇਜ EB R ਅਸੀਂ ਪਹਿਲਾਂ ਕਰਕੇ ਵੀ ਦੇਖਿਆ ਵੀ ਜੇ ਬਾਈ ਚਾਂਸ EB 0 ਹੋ ਜਾਵੇ ਤਾਂ ਜਿਹੜਾ ਸਾਡਾ ਕਰੰਟ ਹੁੰਦਾ ਜਿਹੜਾ ਪਹਿਲਾਂ ਮੰਨ ਲਓ ਸਿਰਫ 20 ਐਂਪੀਅਰ ਸੀਗਾ ਉਹ ਕਿੰਨਾ ਹੋ ਗਿਆ ਸੀਗਾ ਉਹ 200 ਐਂਪੀਅਰ ਹੋ ਗਿਆ ਸੀਗਾ ਨਾ ਜੇ ਤੁਸੀਂ ਪਿਛਲੇ ਕੁਐਸਚਨ ਧਿਆਨ ਨਾਲ ਦੇਖਿਆ ਤੁਹਾਨੂੰ ਉੱਥੋਂ ਪਤਾ ਲੱਗ ਗਿਆ ਹੋਊਗਾ ਤਾਂ ਬੇਸ਼ੱਕ ਜਾ ਕੇ ਦੁਬਾਰੇ ਦੇਖ ਵੀ ਲੋ ਤਾਂ ਠੀਕ ਹੈ ਜੀ ਤੁਹਾਡੇ ਕੋਲੇ ਕੀ ਅਸੀਂ ਕੀ ਕਹਿ ਰਹੇ ਹਾਂ ਵੀ ਸਟਾਰਟਿੰਗ ਦੇਖੋ ਹੁਣ ਦੇਖੋ ਮੰਨ ਲਓ ਮੋਟਰ ਸਾਡੀ ਖੜੀ ਆ ਸਟਾਰਟਿੰਗ ਦੇ ਵਿੱਚ ਕਿਸੇ ਮੋਟਰ ਨੂੰ ਅਸੀਂ ਸਪਲਾਈ ਦੇਤੀ ਉਸ ਵੇਲੇ ਜਿਹੜੀ ਮੋਟਰ ਹੁੰਦੀ ਹੈ ਮੋਟਰ ਦੀ ਸਪੀਡ ਕੀ ਹੁੰਦੀ ਹੈ ਉਹ ਜ਼ੀਰੋ ਹੁੰਦੀ ਹੈ ਨਾ ਤਾਂ ਜੇ ਮੋਟਰ ਦੀ ਸਪੀਡ ਜ਼ੀਰੋ ਹੋਏਗੀ ਤਾਂ ਸਟਾਰਟਿੰਗ ਕੇਸ ਦੇ ਵਿੱਚ ਥੋੜੇ ਸਮੇਂ ਲਈ ਸਾਡੇ ਕੋਲੇ ਜਿਹੜੀ ਸਪੀਡ ਹੋਏਗੀ ਉਹ ਜ਼ੀਰੋ ਆਗੀ ਤਾਂ ਈਵੀਵੀ ਕੀ ਹੋਏਗੀ ਈਵੀਵੀ ਤਾਂ ਜ਼ੀਰੋ ਹੋਏਗੀ ਨਾ ਸਟਾਰਟਿੰਗ ਦੇ ਕੇਸ 'ਚ ਜਿੰਨੀ ਦੇਰ ਤੱਕ ਮੋਟਰ ਖੜੀ ਹੁੰਦੀ ਆ ਤੇ ਜੇ ਈਵੀ ਜ਼ੀਰੋ ਹੋਏਗੀ ਨਾ ਮਤਲਬ ਕਿ ਇਹ ਮੋਟਰ ਜਿਹੜਾਗਾ ਰੈਜ਼ਿਸਟੈਂਸ ਘਟ ਹੋਣ ਕਰਕੇ ਕਰੰਟ ਬਹੁਤ ਜ਼ਿਆਦਾ ਖਿੱਚੇਗੀ ਤਾਂ ਆਪਾਂ ਰੋਕਣਾ ਵੀ ਆਰਮੇਚਰ ਆ ਜਿਹੜਾ ਆ ਰੈਜ਼ਿਸਟੈਂਸ ਇੰਨੀ ਕੁ ਵੱਧ ਹੋ ਜਾਵੇ ਵੀ ਜਿਹੜਾ ਕਰੰਟ ਆਗਾ ਉਹ ਘ ਜਾਸੀ ਕੀ ਕਰਦੇ ਆ ਦੇਖੋ ਜਿਹੜਾ ਆਰਮੇਚਰ ਨਹੀਂ ਪਿਆ ਹੈਗਾ ਇਹ 3 ਬਿੰਦੂ 3 ਬਿੰਦੂ ਸਟਾਰਟ 1 ਕਾ ਬਿੰਦੂ 1 ਕਾ ਬਿੰਦੂ 1 ਕਾ ਬਿੰਦੂ ਆ ਇਹਦੇ ਉੱਪਰ ਆਪਾਂ ਫੇਸ ਲਿਆ ਕੇ ਜੋੜਿਆ ਹੋਇਆ ਬਾਹਰੋਂ ਆ ਦੇਖੋ ਫੇਸ ਜੋੜ ਤਾਂ ਪੋਜ਼ੀਟਿਵ ਸਪਲਾਈ ਜੋੜਤੀ ਇਹਨੂੰ ਆਪਾਂ ਕਮਾਇਆ ਹੋਇਆ ਇੱਥੋਂ ਦੀ ਇਹ ਬਹੁਤਾ ਪੜਨ ਦੀ ਲੋੜ ਨਹੀਂ ਹੈਗੀ ਦੇਖੋ ਇਹ ਸਪਲਾਈ ਘੁੰਮ ਕੇ ਕਿਵੇਂ ਜਾ ਰਹੀ ਹੈ ਮੈਂ ਤੁਹਾਨੂੰ ਇਹ ਟ੍ਰੇਸ ਕਰਕੇ ਦੱਸ ਦੰਗਾ ਵੀ ਸਪਲਾਈ ਜਾਂਦੀ ਕਿਵੇਂ ਹੁੰਦੀ ਹੈਗੀ ਧਿਆਨ ਨਾਲ ਦੇਖੋ ਇੱਥੋਂ ਸਭ ਤੋਂ ਪਹਿਲਾਂ ਦੇਖੋ ਜੇ ਪੋਜ਼ੀਟਿਵ ਸਪਲਾਈ ਨੂੰ ਆਪਾਂ ਸਵਿੱਚ ਔਨ ਕਰ ਦਾਂਗੇ ਇੱਥੇ ਜਾਊਗੀ ਆਹਾ ਓ ਤਾਂ ਇਹ ਤੋਆ ਸ਼ਾਰਟ ਕਰਵਾ ਦਿੰਦਾ ਹੁੰਦਾ ਸਾਡੀ ਮੋਟਰ ਨੂੰ ਰੋਕ ਦਿੰਦਾ ਹੁੰਦਾ ਤੇ ਚਲੋ ਆਪਾਂ ਅੱਗੇ ਵਧਦੇ ਹਾਂਗੇ ਇਸ ਤੋਂ ਬਾਅਦ ਸਪਲਾਈ ਸਾਡੀ ਇੱਥੇ ਚਲੀ ਗਈ ਐਤੂ ਬਾਅਦ ਜਿਹੜੀ ਸਪਲਾਈ ਜਾਏਗੀ ਆ ਰਜਿਸਟਰਾਂਸਾਂ ਦੇ ਵਿੱਚ ਦੀ ਹੋ ਕੇ ਜਾਏਗੀ ਇੱਥੇ ਤੱਕ ਰਜਿਸਟਰਾਂਸਾਂ ਦੇ ਵਿੱਚ ਦੀ ਹੋ ਕੇ ਫੇਰ ਸਾਡੇ ਇਹ ਆਰਮੇਚਰ ਦੇ ਵਿੱਚ ਜਾਏਗੀ ਤੇ ਇਹਦਾ ਮਤਲਬ ਕੀ ਹੈ ਇੰਨੇ ਜਿਆਦਾ ਰਜਿਸਟਰਾਂਸ ਲੱਗੇ ਹੋਏ ਜਦੋਂ ਰਜਿਸਟਰਾਂਸ ਸਾਡੀ ਬਹੁਤ ਜਿਆਦਾ ਹੋਏਗੀ ਕਿਉਂਕਿ ਸਾਨੂੰ ਪਤਾ ਆਰਮੇਚਰ ਦੀ ਵੀ ਰਜਿਸਟਰਾਂਸ ਹੁੰਦੀ ਹੈ ਵੀ ਵਟੇ ਜਦੋਂ ਆਪਾਂ ਕੀਤਾ ਸੀ 220 1 ਕੰਪੀਅਰ ਕੀਤਾ ਸੀਗਾ ਤਾਂ ਸਾਡੇ ਕੋਲੇ ਕਰੰਟ ਕਿੰਨਾ ਆਇਆ ਸੀਗਾ ਜੇ ਆਪਾਂ ਆਹ ਕਰੰਟ ਦਾ ਫਾਰਮੂਲਾ ਪਰ ਆਏ ਕਰੰਟ ਦਾ ਫਾਰਮੂਲਾ ਹੁਣ ਬਣ ਕੀ ਜਾਏਗਾ ਕਿਉਂਕਿ ਈਬੀ ਤਾਂ ਸਾਡੀ ਜ਼ੀਰੋ ਹੋ ਗਈ ਤਾਂ ਕੱਲਾ ਵੀ ਰਹਿ ਗਿਆ ਤੇ ਹੇਟਲੇ ਪਾਸੇ ਆ ਰਹੇ ਰਹਿ ਗਿਆ ਠੀਕ ਹੈ ਜੀ ਤੇ ਜੇ ਆਪਾਂ ਆਰ ਦੇ ਦੀ ਵੈਲਿਊ ਵਧਾ ਦਈਏ ਇੱਥੇ 100 ਲਾ ਦਈਏ ਹੋਰ ਤਾਂ ਫਿਰ ਤਾਂ ਸਿਰਫ ਜੇ ਇੱਥੇ 100 ਲਾਵਾਂਗੇ ਫਿਰ ਤਾਂ 2.2 ਐਂਪੀਅਰ ਕਰੰਟੇ ਰਹ ਜੇਗਾ ਨਾ ਤਾਂ ਆਪਾਂ ਹੇਟਾ ਵੱਧ ਤੋਂ ਵੱਧ ਰਿਸਟੈਂਸ ਸੀਰੀਜ਼ ਚ ਜੋੜ ਦੇਾਂਗੇ ਆ ਦੇਖੋ ਜਿੱਨੇ ਆ ਰਿਸਟੈਂਸ ਹਨ ਇਹ ਸੀਰੀਜ਼ ਜੁੜੇ ਹੋਏ ਆ ਜਿਉਂ-ਜਿਉਂ ਮੋਟਰ ਸਟਾਰਟ ਕਰਦੇ ਆਂਗੇ ਤੇ ਉਹ ਜਿਹੜੀ ਸਪੀਡ ਹੈਗੀ ਉਹ ਵੱਧ ਹੀ ਰਹਿੰਦੀ ਜਿਉਂ-ਜਿਉਂ ਬੈਕੀਆ ਬਾਅਦ ਜਾਂਦੀ ਹੈ ਕਿਤੀਆਂ ਤੋਂ ਜਿਹੜਾ ਕਰੰਟ ਆਪਦੇ ਆਪੇ ਘਟਣਾ ਸ਼ੁਰੂ ਹੋ ਜਾਂਦਾ ਤੇ ਆਪਾਂ ਜਿਹੜੀ ਹੈ ਕਿ ਰੈਜ਼ਿਸਟੈਂਸ ਆਹ ਜਿਹੜੀਆਂ ਰੈਜ਼ਿਸਟੈਂਸਾਂ ਨੇਗੀਆਂ ਹੁਣ ਜਿਹੜਾ ਹੈਂਡਲ ਆ ਇਹ ਘੁੰਮਦਾ ਹੁੰਦਾ ਇੱਧਰ ਨੂੰ ਤੇ ਦਾ ਮਤਲਬ ਸਟਾਰਟਿੰਗ ਦੇ ਵਿੱਚ ਕੀ ਹੁੰਦਾ ਜਿਹੜਾ ਸਾਡਾ ਕਰੰਟ ਹੁੰਦਾਗਾ ਉਹ ਸਾਰੇ ਦਾ ਸਾਰਾ ਕਰੰਟ ਸਾਡਾ ਰੈਜ਼ਿਸਟੈਂਸਾਂ ਦੇ ਵਿੱਚ ਦੀ ਹੋ ਕੇ ਆਉਂਦਾਗਾ ਠੀਕ ਹੈ ਜੀ ਤਾਂ ਇੰਨੇ ਜਿਹੜੇ ਰੈਜ਼ਿਸਟੈਂਸ ਆ ਜਿਹੜਾ ਕਰੰਟ ਨੂੰ ਕੰਟਰੋਲ ਕਰ ਦਿੰਦੇ ਆ ਨੇਗੀਆਂ ਤੇ ਜੇ ਮੈਂ ਦੂਜਾ ਸਰਕਟ ਰੇਸ ਕਰਾਂ ਦੂਜਾ ਸਰਕਟ ਜਿਹੜਾ ਹੁੰਦਾਗਾ ਸਾਡਾ ਆ ਇੱਥੋਂ ਦੇਖੋ ਇੱਕ ਤਾਂ ਆਪਾਂ ਇਹਨੂੰ ਡਿਲੀਟ ਕਰ ਲੈਨੇਗਾ ਆਪਾਂ ਇੱਕ ਵਾਰੀ ਦੁਬਾਰੇ ਫਿਰ ਦੂਜਾ ਸਰਕਟ ਟ੍ਰੇਸ ਕਰਦੇ ਆ ਜਿਹੜੀ ਫੀਲਡ ਵਾਈਂਡਿੰਗ ਹੁੰਦੀ ਆ ਉਹਦੇ ਵਿੱਚ ਕੋਈ ਰੈਜ਼ਿਸਟੈਂਸ ਨਹੀਂ ਲੱਗੀ ਹੁੰਦੀ ਹੈ ਕਿ ਉਹ ਸਿੱਧਾ ਜਾਂਦਾ ਹੈਗਾ ਦੇਖੋ ਆ ਗਿਆ ਗਰੰਟ ਇਹਦੇ ਵਿੱਚ ਦੀ ਘੁੰਮਿਆ ਆ ਹੈਂਡਲ ਤੱਕ ਪਹੁੰਚਿਆ ਜਦੋਂ ਇਹ ਹੈਂਡਲ ਆਪਾਂ ਘੁਮਾ ਕੇ ਇੱਥੇ ਟੱਚ ਕਰਾਂਗੇ ਤਾਂ ਇੱਥੋਂ ਹੀ ਸਾਡੇ ਕੋਲ ਆ ਦੇਖੋ ਆ ਤਾਰ ਜਿਹੜੀ ਜਾ ਰਹੀ ਆ ਬਿਨਾ ਕਿਸੇ ਰੈਜ਼ਿਸਟੈਂਸ ਦੇ ਇਹਦੇ ਵਿੱਚ ਦੀ ਘੁੰਮਦੀ ਹੋਈ ਆ ਦੇਖੋ ਫੀਲਡ ਵਾਈਂਡਿੰਗ ਨੂੰ ਚਲੀ ਗਈ ਤਾਂ ਫੀਲਡ ਵਾਈਂਡਿੰਗ ਦੀ ਸੀਰੀ ਦੇ ਵਿੱਚ ਕੋਈ ਰੈਜ਼ਿਸਟੈਂਸ ਨਹੀਂ ਹੁੰਦਾ ਹੈਗਾ ਸਾਰਾ ਰੈਜ਼ਿਸਟੈਂਸ ਆ ਮੈਚ ਕਲੀਅਰ ਹੋ ਗਈ ਜੇ ਫੀਲਡ ਵਾਇੰਡਿੰਗ ਦੀ ਸੀਰੀ ਦੇ ਵਿੱਚ ਕੋਈ ਰੈਜ਼ਿਸਟੈਂਸ ਲਗਾਵਾਂਗੇ ਤਾਂ ਫਲਕ ਸਾਡੀ ਘੱਟ ਜਾਏਗੀ ਸਪੀਡ ਸਾਡੀ ਬਹੁਤ ਜ਼ਿਆਦਾ ਵੱਜੇਗੀ ਜਿਹੜੀ ਕਿ ਨਹੀਂ ਕਰਨੀ ਹੈਗੀ ਆਪਾਂ ਤਾਂ ਇੱਥੇ ਸਾਡੇ ਕੋਲੇ ਆ ਤਿੰਨ ਬਿੰਦੂ ਸੀਗੇ ਇਹ ਤਿੰਨ ਬਿੰਦੂ ਸਟਾਰਟਰ ਦਿਖਾਇਆ ਹੋਇਆਗਾ ਇੱਕ ਹੋਰ ਹੁੰਦਾ ਉਹਦੇ ਵਿੱਚ ਇੱਕ ਬਿੰਦੂ ਹੋਰ ਹੁੰਦਾ ਉਹ ਚਾਰ ਬਿੰਦੂ ਸਟਾਰਟਰ ਹੁੰਦਾਗਾ ਤੁਸੀਂ ਜਿਹੜੀ ਗੱਲ ਯਾਦ ਰੱਖਣੀ ਹੋਏ ਇਹ ਗੱਲ ਯਾਦ ਰੱਖਣੀ ਹੈ ਕਿ ਜਿਹੜਾ ਤਿੰਨ ਬਿੰਦੂ ਸਟਾਰਟਰ ਹੈਗਾ ਤਿੰਨ ਬਿੰਦੂ ਸਟਾਰਟਰ ਹੈਗਾ 3 ਪੁਆਇੰਟ ਸਟਾਰਟਰ ਹੈਗਾ ਜਿਹੜਾ ਸਾਡਾ ਇਹ ਸ਼ੰਟ ਮੋਟਰ ਵਾਸਤੇ ਹੁੰਦਾਗਾ ਸ਼ੰਟ ਮੋਟਰ ਵਾਸਤੇ ਹੁੰਦਾ ਜਿਹੜਾ ਸਾਡੇ ਕੋਲੇ ਹੁੰਦਾ 2. 2 ਪੁਆਇੰਟ ਸਟਾਰਟਰ ਜਿਹੜਾ ਹੁੰਦਾ ਉਹ ਸੀਰੀਜ਼ ਮੋਟਰ ਵਾਸਤੇ ਹੁੰਦਾਗਾ ਇਹ ਗੱਲ ਯਾਦ ਰੱਖਣੀ ਹੈਗੀ ਜਿਹੜਾ 4 ਪੁਆਇੰਟ ਸਟਾਰਟਰ ਹੁੰਦਾਗਾ ਇਹ ਜਾਂ ਤਾਂ ਕਹਿ ਲਓ ਆਪਾਂ ਇਹਦੇ ਵਾਸਤੇ ਉਹਦਾ ਕੰਪਾਊਂਡ ਮੋਟਰ ਵਾਸਤੇ ਜਾਂ ਇੱਕ ਗੱਲ ਇਹਦੇ ਵਿੱਚ ਹੋਰ ਹੈਗੀ ਵੀ ਉਹ ਉਹਦੇ ਵਾਸਤੇ ਵੀ ਹੁੰਦਾਗਾ ਜਿਹੜੀ ਸਾਡੀ ਮੋਟਰ ਜੇ ਸੀ ਕਿਸੇ ਦੀ ਸਪੀਡ ਕੰਟਰੋਲ ਕਰਨੀ ਹੋਵੇ ਨਾ ਸ਼ੰਟ ਮੋਟਰ ਦੀ ਆਪਾਂ ਕਹਿਆ ਸੀ ਨਾ ਫਲਕਸ ਕੰਟਰੋਲ ਮੈਥਡ ਆਪਾਂ ਰੈਜ਼ਿਸਟੈਂਸ ਨੂੰ ਇੱਥੇ ਰੈਜ਼ਿਸਟੈਂਸ ਲਗਾ ਕੇ ਆਪਾਂ ਵਧਾਉਣੇ ਘਟਾਉਣੇ ਆਂਗੇ ਤਜੇ ਇਦਾਂ ਦਾ ਕੰਮ ਕਰਨਾ ਉੱਥੇ ਵੀ ਆਪਾਂ ਨੂੰ ਜੇ ਆਪਾਂ ਸਪੀਡ ਕੰਟਰੋਲ ਕਰਨੀ ਆ ਤਾਂ ਉੱਥੇ ਵੀ ਸ਼ੰਟ ਮੋਟਰ ਵਾਸਤੇ ਵੀ ਆਪਾਂ 4 ਪੁਆਇੰਟ ਸਟਰਟਰ ਹੀ ਲਗਾਵਾਂਗੇ ਸ਼ੰਟ ਮੋਟਰ ਵਾਸਤੇ ਜੇ ਸ਼ੰਟ ਮੋਟਰ ਵੈਸੇ ਹੀ ਆਨ ਆਫ ਕਰਵਾਉਣੀ ਆ ਤਾਂ 3 ਪੁਆਇੰਟ ਲਗਾ ਲਓ ਜੇ ਉਹਨੂੰ ਆਨ ਆਫ ਵੀ ਕਰਵਾਉਣਾ ਪਲੱਸ ਉਹਦੀ ਸਪੀਡ ਕੰਟਰੋਲ ਵੀ ਕਰਨੀ ਆਂਗੀ ਆਪਾਂ ਫਿਰ ਆਪਾਂ 4 ਪੁਆਇੰਟ ਸਟਰਟਰ ਲਗਾਵਾਂਗੇ ਤਾਂ ਅਨਸਰ ਸਾਡਾ 4 ਪੁਆਇੰਟ ਸਟਰਟਰ ਆ ਗਿਆ ਠੀਕ ਹੋ ਗਈ ਜੀ ਗੱਲ ਇਹ ਚਲੋ ਇਹਨੇ ਕੀ ਕੁਐਸਚਨ ਕਰ ਰਹੇ ਸੀਗੇ ਆਪਾਂ ਜਿਹੜੇ ਕੁਐਸਚਨ ਮੈਂ ਬਹੁਤ ਵੱਡੇ ਨੰਮੈਰੀਕਲ ਛੜਾਏ ਉਹਨਾਂ ਦੇ ਵਿੱਚ ਦਿਮਾਗ ਨਹੀਂ ਖਪਾਉਣਾ ਹੈਗਾ ਸਿਰਫ ਇਹਨਾ ਕਰਨਾ ਵੀ ਈਵੀ ਕਿਵੇਂ ਕੱਢਣੀ ਹੈਗੀ ਆਪਾਂ ਕਰੰਟ ਕਿਵੇਂ ਕੱਢਣਾਗਾ ਆਪਾਂ ਠੀਕ ਹੈ ਇਹ ਕਵੈਸ਼ਨ ਕਰਨੇ ਆ ਇਕੱਲੇ ਤਾਂ ਦੂਜੀ ਗੱਲ ਬਹੁਤ ਜਾਣੇ ਇਹ ਬੱਚੇ ਇਹ ਕਵੈਸ਼ਨ ਪੁੱਛਦੇ ਨੇ ਕਿ ਦੱਸੋ ਜੀ ਪੇਪਰ ਦੇ ਵਿੱਚ ਨੰਮੈਰੀਕਲ ਕਿੰਨੇ ਆਉਣਗੇ 5 ਆਉਣਗੇ 10 ਆਉਣਗੇ 20 ਆਉਣਗੇ ਕਿੰਨੇ ਆਉਣਗੇ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਜਿਵੇਂ ਤੁਹਾਡੇ ਕੋਲ ਇੱਕਾ ਥਿਊਰੀ ਵਾਲਾ ਕਵੈਸ਼ਨ ਸੀਗਾ ਇਹਦੇ ਵਿੱਚ ਤਾਂ ਕੋਈ ਨੰਮੈਰੀਕਲ ਤਾਂ ਹੈ ਨਹੀਂ ਸੀਗਾ ਦੇਖੋ ਕਿੰਨੀ ਸਿਰਫ ਥਿਊਰੀ ਲਿਖੀ ਹੋਈ ਸੀਗੀ ਮੈਂ ਤੁਹਾਨੂੰ ਕਵੈਸ਼ਨ ਦਿਖਾਉਣਾਗਾ ਇੱਥੇ ਜਿਹੜਾ ਤੁਹ ਆਹ ਹਾਂ ਆ ਕੁਐਸਚਨ ਕਰਵਾਇਆ ਸੀ ਕਿ ਬਿਜਲੀ ਬਾਹਕ ਬਲ ਜੀਰੋ ਹੋ ਜਾਵੇ। ਕਿਹਾ ਸੀ ਨਾ ਤੁਹਾਨੂੰ ਜੀਰੋ ਹੋ ਜਾਵੇ ਕੀ ਹੋਊਗਾ? ਆਹ ਕੁਐਸਚਨ ਦੀ ਗੱਲ ਕਰ ਰਹੇ ਹਾਂ 43 ਨੰਬਰ ਕੁਐਸਚਨ ਦੀ। ਜੇ ਬਿਜਲੀ ਬਾਹਕ ਬਲ ਜੀਰੋ ਹੋ ਜਾਵੇ। ਹੁਣ ਇਹਦੀ ਇਹ ਥਿਊਰੀ ਵਾਲਾ ਕੁਐਸਚਨ ਆ ਕਿ ਨਿਊਮੈਰੀਕਲ ਵਾਲਾ ਕੁਐਸਚਨ ਆ। ਦੇਖੋ ਇੰਨਾ ਕੁ ਜਿਹਦਰ ਨੂੰ ਪਤਾ ਹੋਊਗਾ ਜਿਹਦਰ ਨੂੰ ਕਰੰਟ ਦਾ ਫਾਰਮੂਲਾ ਪਤਾ ਹੋਊਗਾ ਵੀ V EV RE ਹੁੰਦਾਗਾ ਵੀ ਜੇ EV ਜ਼ੀਰੋ ਕਿਉਂ ਹੁੰਦੀ ਹੈਗੀ? ਇਹ ਵੀ ਤੁਹਾਨੂੰ ਫਾਰਮੂਲੇ ਤੋਂ ਪਤਾ ਲੱਗੋਏ P I^2 R 60A 60A ਜਿਹੜਾ ਹੁੰਦਾਗਾ ਜੇ ਸਾਡੇ ਕੋਲੇ N ਦੀ ਵੈਲਿਊ ਹੈ ਜਿਹੜੀ ਜੇ ਸਾਡੀ ਸਪੀਡ ਖੜੀ ਹੋਊਗੀ ਤਾਂ ਸਾਡੇ ਕੋਲੇ EB 0 ਹੋਊਗੀ ਜੇ EB 0 ਹੋਊਗੀ ਸਾਡੇ ਕੋਲੇ ਕਰੰਟ ਵਧ ਜੂਗਾ ਇਹ ਕਿਵੇਂ ਪਤਾ ਲੱਗਿਆ ਜੇ ਫਾਰਮੂਲੇ ਪੜ੍ਹਿਆ ਸਾਨੂੰ ਸਾਹੀ ਪਤਾ ਲੱਗਿਆ ਨਾ ਆਹ ਥਿਊਰੀ ਜੇ ਇਹਨੂੰ ਪੜੀ ਜਾਓਗੇ ਨੂੰ ਰੱਟੇ ਮਾਰੀ ਜਾਓ ਇਹਨੂੰ ਇਹਨੂੰ ਮਾਰੀ ਜਾਓਗੇ ਰੱਟੇ ਕਿੱਥੋਂ ਪਤਾ ਲੱਗੋ ਰਹੇ ਸਾਨੂੰ ਕੁਝ ਵੀ ਮੋਟਰ ਕਿਉਂ ਸੜ ਗਈ ਮੋਟਰ ਸੜੀ ਕਿਉਂ ਗਤੀ ਘਟ ਜਾਂਦੀ ਇਹ ਸਾਰੀਆਂ ਗੱਲਾਂ ਇਹ ਥਿਊਰੀ ਇਹ ਦੇਖਣ ਨੂੰ ਥਿਊਰੀ ਆ ਪਰ ਇਹ ਵੀ ਨਿਊਮੈਰੀਕਲ ਸੀਗਾ ਇੱਕ ਇਹ ਵੀ ਨੰਮੈਰੀਕਲ ਸੀਗਾ ਤਾਂ ਨੰਮੈਰੀਕਲਾਂ ਤੁਸੀਂ ਬਾਚ ਨਹੀਂ ਸਕਦੇ ਆ ਕਿ ਨੰਮੈਰੀਕਲ ਸਾਨੂੰ ਕਨਸੈਪਟ ਸਮਝਾਉਣ ਵਾਸਤੇ ਹੁੰਦੇ ਆ ਨਾ ਕਿ ਉਲਝਾਉਣ ਵਾਸਤੇ ਹੁੰਦੇ ਆ ਤਾਂ ਮੈਂ ਨੰਮੈਰੀਕਲਾਂ ਤੋਂ ਕਦੇ ਨਹੀਂ ਡਰਨਾ ਹੈਗਾ ਠੀਕ ਹੈ ਜੀ ਧੰਨਵਾਦ